If you have any legal query regarding property matters, wills, matrimonial issues, media entertainment, corporate frauds, cyber crime, or any other issue, then watch program Log I. ਸਤਿ ਸ਼੍ਰੀ ਅਕਾਲ, ਮੈਂ ਪ੍ਰੀਤ, ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਲਾਅ ਗਾਈਡ। ਸੋ ਅੱਜ ਦੇ ਇਸ ਸ਼ੋਅ ਦੇ ਵਿੱਚ ਸਾਡੇ ਨਾਲ ਹੋਣਗੇ ਐਡਵੋਕੇਟ ਸਤਬੀਰ ਸਿੰਘ ਵਾਲੀਆ ਜੀ। ਸੋ ਕਾਨੂੰਨੀ ਸੰਬੰਧੀ, ਪ੍ਰੋਪਰਟੀ ਸੰਬੰਧੀ ਅਸੀਂ ਦੇਖੀਏ ਤਾਂ ਬਹੁਤ ਸਾਰੇ ਇਸ਼ੂ ਆ ਜਾਂਦੇ ਨੇ, ਜਾਂ ਫਿਰ ਕੋਈ ਕ੍ਰਿਮੀਨਲ ਕੇਸਿਸ ਹੈਗੇ ਨੇ, ਕੋਈ ਵੀ ਇਸ਼ੂ ਤੁਹਾਨੂੰ ਆ ਰਿਹਾ ਤੇ ਤੁਸੀਂ ਸਲਾਹ ਇਸ ਸ਼ੋਅ ਦੇ ਵਿੱਚ ਲਾਈਵ ਲੈ ਸਕਦੇ ਹੋ। ਸੋ ਵੈਲਕਮ ਕਰ ਲੈਂਦੇ ਹਾਂ, ਵੈਲਕਮ ਇਸ ਵਾਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡੇ ਦਰਸ਼ਕਾਂ ਨੂੰ ਤੇ ਤੁਹਾਨੂੰ ਵੀ। ਤੇ ਸੋ ਸਰ, ਜਿਵੇਂ ਕਿ ਅਸੀਂ ਦੇਖੀਏ ਕਿ ਬਹੁਤ ਸਾਰੇ ਇਸ਼ੂ ਅੱਜ ਦੇ ਟਾਈਮ ਦੇ ਵਿੱਚ ਆਉਂਦੇ ਨੇ, ਤੇ ਹਮੇਸ਼ਾ ਸਾਨੂੰ ਕਿਤੇ ਨਾ ਕਿਤੇ ਕਾਨੂੰਨੀ ਸਲਾਹ ਦੀ ਜ਼ਰੂਰਤ ਪੈ ਹੀ ਜਾਂਦੀ ਹੈ। ਸੋ ਸਾਡੇ ਬਹੁਤ ਸਾਰੀ ਆਡੀਅੰਸ ਜਿਹੜੀ ਆਲਮੋਸਟ ਸਾਡੀ ਆਡੀਅੰਸ ਬਾਹਰ ਬੈਠੀ ਹੈ, ਕੋਈ ਕੈਨੇਡਾ, ਕੋਈ ਅਮੈਰੀਕਾ, ਪਰ ਕਿਤੇ ਨਾ ਕਿਤੇ ਇਸ਼ੂ ਆ ਰਹੇ ਨੇ, ਪ੍ਰੋਪਰਟੀਜ਼ ਇੰਡੀਆ ਦੇ ਵਿੱਚ ਹੈਗੀਆਂ ਨੇ, ਜਾਂ ਹੋਰ ਕੋਈ ਕੇਸਿਸ, ਜਾਂ ਹੋਰ ਕੋਈ ਪ੍ਰੋਬਲਮ ਜਿਹੜੀਆਂ ਉਹਨਾਂ ਨੂੰ ਇੰਡੀਆ ਦੇ ਵਿੱਚ ਫੇਸ ਕਰਨੀਆਂ ਪੈਂਦੀਆਂ ਨੇ। ਸੋ ਅੱਜ ਇਸੇ ਦੇ ਲਈ ਅਸੀਂ ਤੁਹਾਨੂੰ ਇਨਵਾਈਟ ਕੀਤਾ ਕਿ ਕੁਝ ਇੱਕ ਸਵਾਲ ਤੁਹਾਡੇ ਕੋਲੋਂ ਪੁੱਛ ਸਕੀਏ, ਤੇ ਕਿਤੇ ਨਾ ਕਿਤੇ ਸਾਡੀ ਆਡੀਅੰਸ ਨੂੰ ਵੀ ਜ਼ਰੂਰਤ ਹੁੰਦੀ ਹੈਗੀ ਆ, ਤੇ ਉਹ ਵੀ ਤੁਹਾਡੇ ਕੋਲੋਂ ਸਵਾਲ ਜਿਹੜੇ ਉਹ ਕਰ ਸਕਣ। ਸੋ ਜੀ ਬਿਲਕੁਲ ਅਵੇਅਰਨੈਸ ਪ੍ਰੋਗਰਾਮ ਹੈ, ਤੁਸੀਂ ਕਾਲ ਜਿਹੜੀਆਂ ਉਹ ਕਰ ਸਕਦੇ ਹੋ। ਸਰ, ਮੈਂ ਸਭ ਤੋਂ ਪਹਿਲਾਂ ਤਾਂ ਪੁੱਛਣਾ ਚਾਹਾਂਗੀ ਕਿ ਇੰਡੀਆ ਦੇ ਵਿੱਚ ਜਿਵੇਂ ਕਿ ਬਹੁਤ ਸਾਰੇ NRI ਥਾਣੇ ਬਣੇ ਹੋਏ ਨੇ, ਹੈ ਨਾ, ਸੋ ਉੱਥੋਂ ਕੋਈ ਵੀ ਪ੍ਰੋਪਰਟੀ ਦਾ ਡਿਸਪਿਊਟ ਹੈਗਾ ਜਾਂ ਹੋਰ ਕੋਈ ਵੀ ਡਿਸਪਿਊਟ ਹੈਗਾ, ਤੇ NRI ਥਾਣਿਆਂ ਦੇ ਵਿੱਚ ਹੀ ਰਜਿਸਟਰ ਹੁੰਦੀਆਂ ਨੇ ਉਹ ਸ਼ਿਕਾਇਤਾਂ? ਦੇਖੋ, ਜਿਹੜੇ ਪ੍ਰੋਪਰਟੀ ਡਿਸਪਿਊਟਸ, ਜਿਹੜੇ ਦੋ ਚੀਜ਼ਾਂ ਹੁੰਦੀਆਂ, ਇੱਕ ਤਾਂ ਹੁਣ ਪ੍ਰੋਪਰਟੀ ਫਰਾਡ ਤੇ ਇੱਕ ਪ੍ਰੋਪਰਟੀ ਡਿਸਪਿਊਟ। ਜਿਹੜਾ ਪ੍ਰੋਪਰਟੀ ਡਿਸਪਿਊਟ ਬਿਟਵੀਨ ਦਾ ਟੂ ਬ੍ਰਦਰਸ ਹੋ ਗਿਆ, ਜਾਂ ਬ੍ਰਦਰ ਐਂਡ ਸਿਸਟਰਸ ਹੋ ਗਿਆ, ਜਾਂ ਕੋਈ ਠੇਕੇ ਦੀ ਜ਼ਮੀਨ ਤੁਸੀਂ ਕਿਸੇ ਨੂੰ ਦਿੱਤੀ ਹੋਈ ਹੈ ਤੇ ਉਹਨੇ ਮੁੜ ਕੇ ਤੁਹਾਡਾ ਠੇਕਾ ਜੋ ਰੈਂਟ ਹੈਗਾ ਉਹ ਦੇਣਾ ਬੰਦ ਕਰਤਿਆ, ਜਾਂ ਤੁਸੀਂ ਰੈਂਟਲ ਪ੍ਰੋਪਰਟੀ ਹੈਗੀ ਹੈ, ਤੁਸੀਂ ਕੋਈ ਕਮਰਸ਼ੀਅਲ ਹੈ ਜਾਂ ਦੂਜੀ ਘਰ ਘੁਰ ਕਿਸੇ ਨੂੰ ਰੈਂਟ 'ਤੇ ਦਿੱਤਾ, ਤਾਂ ਉਹ ਸਾਰੇ ਸਿਵਲ ਡਿਸਪਿਊਟ 'ਚ ਆ ਜਾਂਦੇ ਹੈ। ਹੁਣ ਜਿਹੜੇ ਪ੍ਰੋਪਰਟੀ ਫਰੋਡਸ, ਫਰੋਡਸ ਇਹ ਹੁੰਦੇ ਆ ਕਿ ਸਪੋਜ਼ ਕਰੋ ਕਿਸੇ ਨੇ ਤੁਹਾਨੂੰ ਕਹਿਤਾ ਕਿ ਜਿਹੜੀ ਇਹ ਜਿਹੜਾ ਕੁਝ ਪਲਾਟ ਹੈਗਾ, ਇੱਕ ਪਲਾਟ ਜਿਹੜਾ ਅਸੀਂ ਤੁਹਾਨੂੰ ਇਸ ਰੇਟ 'ਤੇ ਸੇਲ ਕਰ ਰਹੇ ਹੋ, ਤੁਹਾਨੂੰ ਰੇਟ 'ਤੇ ਸੇਲ ਕਰਤੇ ਆ, ਅਤੇ ਬਟ ਜਦੋਂ ਤੁਸੀਂ ਐਕਚੁਅਲ ਪੋਜੈਸ਼ਨ ਲੈਣਗੇ ਤਾਂ ਪੋਜੈਸ਼ਨ ਤੁਹਾਨੂੰ ਪਲਾਟ ਲੱਭਿਆ ਨਹੀਂ ਕਿੱਥੇ ਹੈਗਾ ਉਹ, ਜਾਂ ਤੁਹਾਨੂੰ ਤੁਸੀਂ ਤੁਹਾਨੂੰ ਇੱਕ ਰਜਿਸਟਰੀ ਫੜਾਤੀ, ਜੇ ਜਦੋਂ ਤੁਸੀਂ ਵਾਪਸ ਆਏ ਤੁਹਾਨੂੰ ਪਤਾ ਲੱਗਿਆ ਉਸ ਪਲਾਟ 'ਤੇ ਘਰ ਕਿਸੇ ਹੋਰ ਦਾ ਬਣਿਆ ਹੋਇਆ। ਅਤੇ ਪ੍ਰੋਪਰਟੀ, ਉਹ ਪ੍ਰੋਪਰਟੀ ਫਰੋਡਸ ਜਿਹੜੇ ਹੁੰਦੇ ਉਹ ਬੇਸਿਕਲੀ ਉਹ NRI ਥਾਣੇ ਜਿਹੜੇ ਹੈਗੇ ਆ, ਪੰਜਾਬ ਸਰਕਾਰ ਨੇ ਬੜੀ ਸਹੂਲਤ ਦਿੱਤੀ ਹੋਈ ਹੈ ਕਿ ਵੀ ਉਹ ਤੁਸੀਂ NRI ਥਾਣੇ ਜਾ ਕੇ ਤੁਸੀਂ ਕੰਪਲੇਂਟ ਰਜਿਸਟਰ ਕਰਾਉਂਦੇ ਹੋ ਤਾਂ ਤੁਹਾਡੇ ਬੜੀ ਹੀ ਤੇਜ਼ੀ ਨਾਲ ਉਹ ਕੰਪਲੇਂਟ ਨੂੰ ਪਰਸਿਊ ਕੀਤਾ ਜਾਂਦਾ, ਪਰਸਿਊ ਕਰਕੇ ਤੁਹਾਡੇ ਉਹ ਜਿਹੜਾ ਦੋਸ਼ੀ ਹੁੰਦਾ ਉਹਦੇ ਖਿਲਾਫ FIR ਦਰਜ ਕੀਤੀ ਜਾਂਦੀ ਹੈ, ਅਤੇ ਕਈ ਵਾਰ ਉਹ ਮੀਡੀਏਟਰ ਵੀ ਰੋਲ ਪਲੇ ਕਰਦੇ ਨੇ NRI ਥਾਣੇ ਜਿਹੜੇ ਹੈ, ਕਿ ਐਮੀਕੇਬਲੀ ਥੋੜ੍ਹਾ ਕੋਈ ਡਿਸਪਿਊਟ ਜੇ ਸੋਲਵ ਹੁੰਦਾ ਹੈ, ਕਿਉਂਕਿ NRI ਕੋਲ ਟਾਈਮ ਬਹੁਤ ਘੱਟ ਹੁੰਦਾ ਹੈ, ਅਤੇ ਉਹ ਡਿਪੈਂਡ ਕਰਦਾ ਹੈ ਕਿ ਜੋ ਬੰਦਾ ਤੁਹਾਨੂੰ ਆਫਿਸਰ ਡੀਲ ਕਰ ਰਿਹਾ ਅਤੇ ਉਹ ਕਿਸ ਤਰੀਕੇ ਨਾਲ ਡੀਲ ਕਰ ਰਿਹਾ ਉਸ 'ਤੇ ਡਿਪੈਂਡ ਕਰਦਾ ਹੈ। ਜੀ, ਜਿਵੇਂ ਕਿ ਹੁਣ ਤੁਸੀਂ ਦੱਸੇ ਕਿ ਇੱਥੇ NRI ਥਾਣਿਆਂ ਦੇ ਵਿੱਚ ਜੋ ਵੀ ਸ਼ਿਕਾਇਤਾਂ ਹੋਣਗੀਆਂ, ਸੋ ਕਿਤੇ ਨਾ ਕਿਤੇ ਕੇਸ ਥੋੜ੍ਹਾ ਲੰਬਾ ਚਲਾ ਜਾਂਦਾ। ਹੁਣ ਜਿਹੜੇ ਲੋਕ ਉੱਥੇ ਬੈਠੇ ਨੇ ਉਹਨਾਂ ਨੂੰ ਇੱਥੇ ਆਉਣ ਦੀ ਜ਼ਰੂਰਤ ਪਏਗੀ ਬਾਰ ਬਾਰ, ਜਾਂ ਫਿਰ ਇੱਕ ਵਾਰੀ ਸ਼ਿਕਾਇਤ, ਜਾਂ ਉੱਥੋਂ ਹੀ ਕਰਕੇ ਆਪਣੇ ਲੋਇਰ ਦੇ ਥਰੂ ਉਹ ਸ਼ਿਕਾਇਤ ਦਰਜ ਕਰਵਾ ਸਕਦੇ ਨੇ, ਕੇਸ ਨੂੰ ਅੱਗੇ ਪਰਸਿਊ ਕਰਵਾ ਸਕਦੇ ਨੇ? ਜਿਹੜੀ ਕੰਪਲੇਂਟ ਹੈਗੀ ਹੈ, ਕੰਪਲੇਂਟ ਤਾਂ ਆਨਲਾਈਨ ਵੀ ਫਾਈਲ ਹੋ ਸਕਦੀ ਹੈ, ਕੋਈ ਜਿਵੇਂ ਸਪੋਜ਼ NRI ਹੈਗੇ ਅਤੇ ਉਹ ਬੈਠੇ ਉੱਥੇ, ਉਹਨਾਂ ਨੂੰ ਪਤਾ ਲੱਗਿਆ ਕਿ ਸਾਡੇ ਨਾਲ ਫਰੋਡ ਹੋ ਗਿਆ, ਕਿਉਂਕਿ ਡਾਕੂਮੈਂਟੇਸ਼ਨ ਜਿਹੜੀ ਹੁੰਦੀ ਹੈ ਉਹਦੇ ਬੇਸ 'ਤੇ ਹੀ ਕੰਪਲੇਂਟ ਫਾਈਲ ਹੁੰਦੀ ਹੈ। ਤੁਸੀਂ ਵਰਬਲ ਕਿਸੇ ਨੂੰ ਕਹਿ ਦਿਓ ਮੇਰਾ ਕਿਸੇ ਨੇ ਚੀਜ਼ ਦੱਬ ਲਈ ਅਤੇ ਉਹ ਫਿਰ ਉਹ ਚੀਜ਼ ਪਰਸਿਊ ਹੋਏਗੀ ਨਹੀਂ, ਅਤੇ ਐਵੇਂ ਉਹਨੂੰ ਤੁਸੀਂ ਆਨਲਾਈਨ ਵੀ ਤੁਸੀਂ ਉਹਦੇ ਕੰਪਲੇਂਟ ਫਾਈਲ ਕਰ ਸਕਦੇ ਹੋ, ਅਤੇ ਜੇ ਤੁਸੀਂ ਇੱਥੇ ਹੋ ਤਾਂ ਜ਼ਿਆਦਾ ਵਧੀਆ, ਕਿਉਂਕਿ ਇੱਥੇ ਹੋਵੋਗੇ ਤਾਂ ਨੈਚੁਰਲੀ ਉਹਨੂੰ ਟਾਈਮਲੀ ਪਰਸਿਊ ਕਰ ਲਓਗੇ, ਤੁਸੀਂ ਜਾ ਕੇ ਮਿਲ ਕੇ ਆਫਿਸਰ ਨਾਲ ਸਾਰੀ ਗੱਲ ਕਰਕੇ, ਕਿਉਂਕਿ ਇੱਕ ਤੁਹਾਡੀ ਸਟੇਟਮੈਂਟ ਹੋਣੀ ਹੁੰਦੀ ਹੈ, ਉਹ ਤੁਹਾਡੀ ਸਟੇਟਮੈਂਟ ਰਿਕਾਰਡ ਹੋਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਹੁੰਦੀ ਹੈ, ਅਤੇ ਫਿਰ ਦੂਜੀ ਧਿਰ ਨੂੰ ਬੁਲਾਇਆ ਜਾਂਦਾ, ਉਹਨਾਂ ਦੀ ਸਟੇਟਮੈਂਟ ਹੁੰਦੀ ਹੈ, ਉਹਨਾਂ ਦੀ ਸਟੇਟਮੈਂਟ ਮਿਲ ਕੇ ਦੋਨੇ ਧਿਰਾਂ ਨੂੰ ਸੁਣਿਆ ਜਾਂਦਾ ਹੈ, ਅਕੋਰਡਿੰਗਲੀ ਜੇ ਲੱਗਦਾ ਕਿ ਉਸ 'ਚ ਵਾਕਈ ਫਰੋਡ ਹੋਇਆ ਤਾਂ ਉਸਦੇ FIR ਦਰਜ ਕੀਤੀ ਜਾਂਦੀ ਹੈ, ਤੇ ਇੱਥੇ ਹੋਣ ਤਾਂ ਜ਼ਿਆਦਾ ਵਧੀਆ, ਅਦਰਵਾਇਜ਼ ਆਨਲਾਈਨ ਵੀ ਕੰਪਲੇਂਟ ਤੁਸੀਂ ਥਾਣੇ ਨੂੰ ਭੇਜ ਸਕਦੇ ਹੋ। ਜੀ, ਤੇ ਅੱਗੇ ਜਿਹੜਾ ਪੂਰਾ ਕੇਸ ਹੈਗਾ ਪਰਸਿਊ ਹੋਣਾ ਉਹ ਲਾਇਰ ਦੇ ਥਰੂ ਹੋ ਜਾਏਗਾ? ਨਹੀਂ, ਉਹ ਤਾਂ ਦੇਖੋ ਜੇ FIR ਉਸ 'ਚ ਮਤਲਬ ਤੁਸੀਂ ਸਹੀ ਹੋ ਉਸ 'ਚ ਅਤੇ FIR ਲਾਂਚ ਹੋ ਜਾਂਦੀ ਹੈ, ਤੇ ਫਿਰ ਤਾਂ ਤੁਹਾਨੂੰ ਸਿਰਫ ਇੱਕ ਐਵੀਡੈਂਸ ਟਾਈਮ 'ਤੇ ਹੀ ਆਉਣ ਦੀ ਲੋੜ ਹੁੰਦੀ ਹੈ, ਕਿਉਂਕਿ ਫਿਰ ਉਹ ਸਟੇਟ ਕੇਸ ਹੋ ਜਾਂਦਾ ਹੈ। ਸਪੋਜ਼ ਦੈਟ ਏ ਬੰਦੇ ਨੇ B ਦੇ ਖਿਲਾਫ ਪੁਲਿਸ ਕੰਪਲੇਂਟ ਕੀਤੀ ਅਤੇ ਉਹ ਪੁਲਿਸ ਨੇ FIR ਦਰਜ ਕਰਤੀ B ਦੇ ਖਿਲਾਫ, ਅਤੇ ਉਹ ਫਿਰ ਸਟੇਟ ਵਰਸਿਸ B ਹੋ ਜਾਏਗਾ, ਮਤਲਬ ਉਹਨੂੰ ਫਿਰ ਸਟੇਟ ਹੀ ਪਰਸਿਊ ਕਰੇਗੀ, ਅਤੇ ਜਿਹੜਾ ਸਟੇਟ ਦਾ ਸਰਕਾਰੀ ਵਕੀਲ ਹੋਏਗਾ ਉਹੀ ਪਰਸਿਊ ਕਰੇਗਾ। ਕਈ ਵਾਰ ਡਿਪੈਂਡ ਕਰਦਾ ਹੁੰਦਾ ਕਿ ਕਈ ਵਾਰ ਸ਼ੱਕ ਹੁੰਦਾ ਵੀ ਸ਼ਾਇਦ ਪ੍ਰੋਪਰ ਤਰੀਕੇ ਨਾਲ ਕੇਸ ਹੈਂਡਲ ਨਾ ਹੋਵੇ, ਤਾਂ ਕੰਪਲੇਨੈਂਟ ਵੱਲੋਂ ਵੀ ਤੁਸੀਂ ਐਜ ਏ ਕੌਂਸਲ ਜਿਹੜਾ ਹੈਗਾ ਕੋਰਟ ਦੀ ਪਰਮਿਸ਼ਨ ਨਾਲ ਆਪਣੀ ਵੱਲੋਂ ਅਪੀਲ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਸ਼ੰਕਾ ਹੋਵੇ ਕਿਸੇ ਤਰੀਕੇ ਦੀ। ਅਤੇ ਬਟ ਇਹ ਕਿ ਜਦੋਂ ਐਵੀਡੈਂਸ ਹੋਏਗਾ, ਜਦੋਂ ਮੇਨ ਗਵਾਹੀਆਂ ਹੋਣਗੀਆਂ, ਗਵਾਹੀਆਂ ਟਾਈਮ ਜੇ ਤੁਹਾਡੀ ਅਹਿਮ ਗਵਾਹੀ ਹੋਏਗੀ ਤਾਂ ਤੁਹਾਨੂੰ ਉਸ 'ਚ ਪ੍ਰੈਜੈਂਟ ਹੋਣ ਦੀ ਜ਼ਰੂਰਤ ਹੋਏਗੀ, ਅਦਰਵਾਈਜ਼ ਕੋਈ ਹੋਰ ਗਵਾਹ ਤੁਹਾਡੇ ਵਿਟਨੈਸ ਹੋਣਗੇ ਜੇ ਉਹਨਾਂ ਨਾਲ ਫਰ ਸਕਦਾ
ਫਿਰ ਚਾਹੇ ਤੁਹਾਨੂੰ ਆਉਣ ਦੀ ਲੋੜ ਨਾ ਵੀ ਹੋਏਗੀ, ਪਰ ਅਦਰਵਾਈਜ਼ ਅਹਿਮ ਗਵਾਹੀ ਲਈ ਤੁਹਾਨੂੰ ਐਟਲੀਸਟ ਆਉਣਾ ਪਏਗਾ, ਤਾਂ ਹੀ ਅੱਗੇ ਚੱਲੇਗਾ। ਅੱਛਾ ਸਰ, ਹੁਣ ਜੇਕਰ ਬਾਈ ਚਾਂਸ ਪ੍ਰੋਪਰਟੀਜ਼ ਇੱਥੇ ਬਹੁਤ ਸਾਰੇ NRIs ਹੈਗੇ ਆ, ਉਹਨਾਂ ਦੀਆਂ ਹੈਗੀਆਂ ਨੇ, ਸੋ ਉਹਨਾਂ ਨੇ ਕੋਈ ਪ੍ਰੋਪਰਟੀ ਸੇਲ ਕਰਨੀ ਆ, ਉਹਨਾਂ ਨੂੰ ਖੁਦ ਆਉਣਾ ਪਏਗਾ ਜਾਂ ਇੱਥੇ ਉਹਨਾਂ ਦਾ ਕੋਈ ਟੇਕ ਕੇਅਰ ਕਰਨ ਵਾਲਾ ਹੋਵੇ, ਕੋਈ ਰਿਸ਼ਤੇਦਾਰ ਹੋਵੇ, ਉਹ ਵੀ ਉਸ ਨੂੰ ਸੇਲ ਕਰ ਸਕਦਾ? ਦੇਖੋ, ਦੋ ਤਰੀਕੇ ਹੈਗੇ। ਜੇ ਉਹਨਾਂ ਨੇ ਖੁਦ ਹੀ ਆਉਣਾ, ਸਪੋਜ਼ ਕਰੋ ਉਹਨਾਂ ਨੂੰ ਕਿਸੇ 'ਤੇ ਟਰੱਸਟ ਨਹੀਂ ਹੈਗਾ, ਅਤੇ ਉਹ ਨੈਚੁਰਲੀ ਫਿਰ ਆ ਕੇ ਇੱਥੇ ਸੇਲ ਖੁਦ ਹੀ ਕਰ ਸਕਦੇ ਹੈ ਕਈ ਵਾਰ, ਕਿਉਂਕਿ ਉਸ 'ਚ ਸਟੈਪਸ ਹੁੰਦੇ ਆ। ਪਹਿਲਾਂ ਟੋਕਨ ਲਗਾਇਆ ਜਾਂਦਾ ਵੀ ਹਾਂ ਕੋਈ ਪ੍ਰੋਪਰਟੀ ਜੋ ਨੈਗੋਸ਼ੀਏਸ਼ਨ ਅਮਾਊਂਟ ਹੁੰਦਾ ਉਸ 'ਤੇ, ਉਸ ਤੋਂ ਬਾਅਦ ਫਿਰ ਜਾਂ ਫਿਰ ਕਈ ਵਾਰ ਡਾਇਰੈਕਟ ਬਿਆਨਾ ਹੋ ਗਿਆ, ਇੱਕ ਟਾਈਮ ਪੀਰੀਅਡ ਦੇ ਦਿੱਤਾ ਜਾਂਦਾ ਹੈ। ਜੇ ਉਹਨਾਂ ਨੂੰ ਕੋਈ ਇੱਥੇ ਰੈਲੇਟਿਵ ਹੈਗਾ ਬੰਦਾ, ਉਹਨਾਂ ਨਾਲ ਫੋਨ 'ਤੇ ਗੱਲ ਕਰਕੇ ਜੋ ਨੈਗੋਸ਼ੀਏਸ਼ਨ ਹੈਗੀ ਆ ਨੈਗੋਸ਼ੀਏਟ ਕਰ ਸਕਦੇ, ਜਿਹਨਾਂ ਨੂੰ ਤਸੱਲੀ ਹੁੰਦੀ ਹੈ, ਅਤੇ ਉਹ ਫਿਰ ਇੱਕ ਟੋਕਨ ਅਮਾਊਂਟ ਜਾਂ ਬਿਆਨਾ ਅਮਾਊਂਟ ਫੜ ਲੈਂਦੇ, ਰਜਿਸਟਰੀ ਟਾਈਮ ਉਹ ਖੁਦ ਆ ਸਕਦੇ ਹੈ। ਅਦਰਵਾਈਜ਼ ਜੇ ਆਪ ਵੀ ਨਾ ਆ ਸਕਣ ਤਾਂ ਉਹਦਾ ਵੀ ਇੱਕ ਜ਼ਰੀਆ ਹੁੰਦਾ, ਉਹਦਾ ਜਨਰਲ ਜ਼ਰੀਆ ਹੁੰਦਾ ਕਿ ਜਨਰਲ ਪਾਵਰ ਟੋਰਨੀ। ਜਨਰਲ ਪਾਵਰ ਟੋਰਨੀ ਦੋ ਤਰ੍ਹਾਂ ਦੀ ਪਾਵਰ ਟੋਰਨੀ ਹੁੰਦੀ ਹੈ, ਇੱਕ ਸਪੈਸ਼ਲ ਪਾਵਰ ਟੋਰਨੀ, ਇੱਕ ਜਨਰਲ ਪਾਵਰ ਟੋਰਨੀ। ਜਿਹੜੀ ਸਪੈਸ਼ਲ ਪਾਵਰ ਟੋਰਨੀ ਹੁੰਦੀ ਹੈ ਉਸ 'ਚ ਫਿਰ ਤੁਹਾਨੂੰ ਸੇਲ ਦੇ ਰਾਈਟ ਨਹੀਂ ਹੁੰਦੇ, ਤੁਹਾਨੂੰ ਟੇਕ ਕੇਅਰ ਦੇ ਰਾਈਟ ਹੁੰਦੇ ਆ। ਸਪੋਜ਼ ਕਰੋ ਕਿਸੇ ਨੇ ਆਪਣਾ ਮਕਾਨ ਆਪਣੇ ਰੈਲੇਟਿਵ ਨੂੰ ਇੱਥੇ ਕੇਅਰ ਕਰਨ ਵਾਸਤੇ, ਟੇਕ ਕੇਅਰ ਕਰਨ ਵਾਸਤੇ ਦੇਣਾ ਹੈ, ਅਤੇ ਉਹਨੂੰ ਰੈਂਟ 'ਤੇ ਵੀ ਦੇਣਾ ਹੈ, ਬਟ ਉਹਨੂੰ ਪਤਾ ਵੀ ਜੇ ਕੱਲ੍ਹ ਨੂੰ ਪ੍ਰੋਪਰਟੀ ਡਿਸਪਿਊਟ ਹੋ ਗਿਆ ਅਤੇ ਮੈਂ ਫਿਰ ਇੱਥੇ ਬਾਰ ਬਾਰ ਆ ਨਹੀਂ ਸਕਦਾ, ਤਾਂ ਉਹ ਸਪੈਸ਼ਲ ਪਾਵਰ ਟੋਰਨੀ ਬਣਾ ਕੇ ਉੱਥੇ ਆਪਣੀ ਜਿਹੜੀ ਇੰਡੀਅਨ ਅੰਬੈਸੀ ਹੈਗੀ ਉੱਥੇ ਇੰਡੋਰਸ ਹੁੰਦੀ ਹੈ, ਇੰਡੋਰਸ ਕਰਵਾ ਕੇ ਉੱਥੇ ਉਸ ਤੋਂ ਬਾਅਦ ਇੱਥੇ ਭੇਜੀ ਜਾਂਦੀ ਹੈ, ਜਿਹਦੇ ਨਾਂ 'ਤੇ ਹੁੰਦੀ ਹੈ ਜਿੱਥੇ ਬੰਦਾ ਉਹ ਰਹਿ ਰਿਹਾ ਹੁੰਦਾ ਉਸ ਏਰੀਏ ਦੇ ਉੱਥੇ ਸਭ ਰਜਿਸਟਰਾਰ ਕੋਲ ਜਾ ਕੇ ਉੱਥੇ ਉਹ ਫਿਰ ਤਸਦੀਕ ਹੁੰਦੀ ਹੈ, ਇੱਕ ਨੋਮੀਨਲ ਜੀ ਫੀਸ ਪੇ ਕਰਕੇ ਉਹ ਰਜਿਸਟਰ ਹੁੰਦੀ ਹੈ, ਅਤੇ ਉਹਦੇ ਨਾਲ ਫਿਰ ਉਸਨੂੰ ਪ੍ਰੋਪਰਟੀ ਦਾ ਕੋਈ ਵੀ ਡਿਸਪਿਊਟ ਹੁੰਦਾ ਹੈ, ਕੋਰਟ 'ਚ ਕੇਸ ਫਾਈਲ ਕਰਨਾ, ਕ੍ਰਿਮੀਨਲ ਕੇਸ ਫਾਈਲ ਕਰਨਾ, ਕੋਈ ਰੈਂਟ ਲੈਣਾ ਜਾਂ ਰੈਂਟ ਵਧਾਉਣਾ ਜਾਂ ਕੋਈ ਵੀ ਅਲਟਰੇਸ਼ਨ ਕਰਨਾ, ਅਤੇ ਉਹ ਸਾਰੇ ਰਾਈਟ ਹੋ ਜਾਂਦੇ ਆ। ਜਿਹੜੀ ਜਨਰਲ ਪਾਵਰ ਟੋਰਨ ਹੁੰਦੀ, ਸਪੋਜ਼ ਕਰੋ ਉਹਨਾਂ ਨੂੰ ਉਹ ਨਹੀਂ ਆਉਣਾ ਚਾਹੁੰਦੇ, ਉਹਦਾ ਕੋਈ ਭੈਣ ਭਰਾ ਇੱਥੇ ਹੈਗਾ, ਤਾਂ ਸੇਮ ਹੀ ਪ੍ਰੋਸੈਸ ਦੇ ਨਾਲ ਉਹ ਜਨਰਲ ਪਾਵਰ ਟੋਰਨੀ ਬਣਾ ਕੇ ਆਪਣੇ ਉੱਥੇ ਇੰਡੀਅਨ ਅੰਬੈਸੀ ਤੋਂ ਉਹਨੂੰ ਇੰਡੋਰਸ ਕਰਵਾ ਕੇ, ਉਸ ਤੋਂ ਬਾਅਦ ਇੱਥੇ ਇੰਡੀਆ ਜੇ ਕੋਈ ਚੰਡੀਗੜ੍ਹ ਰਹਿੰਦਾ ਤਾਂ ਉਹ ਫੈਕਟਰੀ ਦੇ ਵਿੱਚ ਹੁੰਦੀ ਹੈ, ਜੇ ਉਹ ਕੋਈ ਪੰਜਾਬ ਦੇ ਹੋਰ ਏਰੀਏ 'ਚ ਰਹਿੰਦੇ ਨੇ ਤਾਂ ਉਹ ਸਬ ਤਹਿਸੀਲ ਜਿਹੜੀਆਂ ਹੈਗੀਆਂ ਸਬ ਰਜਿਸਟਰਾਰ ਜੋ ਹੈ ਸਬ ਰਜਿਸਟਰਾਰ ਕੋਲ ਜਾ ਕੇ ਉੱਥੇ ਉਹ ਰਜਿਸਟਰ ਹੋ ਜਾਂਦੀ ਹੈ, ਅਤੇ ਨੋਮੀਨਲ ਫੀਸ ਦੇ ਕੇ ਉਸ ਤੋਂ ਬਾਅਦ ਫਿਰ ਜਿਹੜਾ ਉਹਨਾਂ ਰੈਲੇਟਿਵ ਹੁੰਦਾ ਉਹਨੂੰ ਪ੍ਰੋਪਰਟੀ ਸੇਲ ਕਰਨ ਦਾ ਰਾਈਟ ਹੋ ਜਾਂਦਾ ਹੈ, ਅਤੇ ਉਹ ਫਿਰ ਉਹਨਾਂ ਦੇ ਬਿਹਾਫ 'ਤੇ ਪ੍ਰੋਪਰਟੀ ਨੂੰ ਸੇਲ ਕਰ ਸਕਦੇ ਹੈ। ਜੀ ਬਿਲਕੁਲ ਜੀ, ਸੋ ਆਈ ਹੋਪ ਕਿ ਇਹ ਪ੍ਰੋਸੀਜਰ ਜਿਹੜਾ ਤੁਹਾਨੂੰ ਸਮਝ ਆ ਗਿਆ ਹੋਵੇਗਾ। ਫਿਰ ਵੀ ਕੋਈ ਵੀ ਡਾਊਟ ਹੈਗਾ ਆ, ਕੋਈ ਵੀ ਸਵਾਲ ਹੈਗੇ ਨੇ, ਕਿਉਂਕਿ ਅਸੀਂ ਸਵਾਲ ਪੁੱਛ ਸਕਦੇ ਹਾਂ, ਬਾਕੀ ਤੁਹਾਡੀ ਆਪਣੀਆਂ ਬਹੁਤ ਸਾਰੀਆਂ ਪ੍ਰੋਬਲਮਸ ਹੋਣਗੀਆਂ, ਉਹ ਜਦੋਂ ਤੁਸੀਂ ਸਵਾਲ ਪੁੱਛੋਗੇ ਉਹਨਾਂ ਦਾ ਹੱਲ ਜਿਹੜਾ ਤੁਹਾਨੂੰ ਇਸ ਸ਼ੋਅ ਦੇ ਜ਼ਰੀਏ ਜ਼ਰੂਰ ਦੱਸਿਆ ਜਾਏਗਾ। ਅੱਛਾ ਸਰ, ਹੁਣ ਦੇਖੀਏ ਤਾਂ ਅੱਜ ਦੇ ਟਾਈਮ ਦੇ ਵਿੱਚ ਮੈਰਿਜ ਨੂੰ ਲੈ ਕੇ ਬੜੀਆਂ ਪ੍ਰੋਬਲਮਸ ਕਿਤੇ ਨਾ ਕਿਤੇ ਫੇਸ ਕਰਨੀਆਂ ਪੈਂਦੀਆਂ ਨੇ। ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗੀ ਕਿ ਕੁੜੀਆਂ ਮੰਨ ਲਓ ਕਿ ਇੱਥੋਂ ਵਿਆਹ ਕਰਾ ਕੇ ਇੰਡੀਆ ਤੋਂ ਜਾਂਦੀਆਂ ਨੇ ਵੀ ਕਿਸੇ ਵੀ ਕੰਟਰੀ ਦੇ ਵਿੱਚ, ਸੋ ਉਹਨਾਂ ਨੇ ਉੱਥੇ ਜਾ ਕੇ ਪ੍ਰੋਪਰਟੀ ਦੇ ਵਿੱਚ ਹਿੱਸਾ ਲੈਣਾ ਹੋਵੇ ਤਾਂ ਉਹ ਕਿੱਦਾਂ ਦੀ ਕਾਨੂੰਨੀ ਪ੍ਰਕਿਰਿਆ ਹੁੰਦੀ ਹੈਗੀ ਹੈ, ਕਿਸ ਤਰੀਕੇ ਦੇ ਨਾਲ ਲੈ ਸਕਦੀਆਂ ਨੇ? ਦੇਖੋ, ਜੋ ਇੰਡੀਅਨ ਲਾਅ ਹੈਗਾ ਉਸ 'ਚ ਹੁਣ ਪ੍ਰੋਪਰਟੀ ਰਾਈਟ ਜਿਹੜਾ ਜੇ ਕੁੜੀਆਂ ਅਤੇ ਮੁੰਡੇ ਸਭ ਨੂੰ ਇਕੁਅਲ ਰਾਈਟ ਹੈ, ਬਟ ਉਹ ਡਿਪੈਂਡ ਕਰਦਾ ਕਿ ਉਹ ਸੈਲਫ ਓਨ ਪ੍ਰੋਪਰਟੀ ਹੈ ਜਾਂ ਉਹਨਾਂ ਦੇ ਪਿੱਛੇ ਦਾਦੇ ਪੜਦਾਦੇ ਨੂੰ ਚੱਲੀ ਆਈ ਪ੍ਰੋਪਰਟੀ ਹੈ। ਜੇ ਉਹ ਸੈਲਫ ਓਨ ਪ੍ਰੋਪਰਟੀ, ਸਪੋਜ਼ ਕਰੋ ਕਿਸੇ ਦੀ ਸੈਲਫ ਓਨ ਪ੍ਰੋਪਰਟੀ, ਉਹ ਆਪਣੀ ਕੁੜੀ ਨੂੰ ਹਿੱਸਾ ਨਹੀਂ ਦੇਣਾ ਚਾਹੁੰਦਾ, ਆਪਣੇ ਮੁੰਡੇ ਨੂੰ ਹਿੱਸਾ ਦੇਣਾ ਚਾਹੁੰਦਾ, ਮੁੰਡੇ ਨੂੰ ਹਿੱਸਾ ਨਹੀਂ ਦੇਣਾ ਚਾਹੁੰਦਾ, ਕੁੜੀ ਨੂੰ ਹਿੱਸਾ ਦੇਣਾ ਚਾਹੁੰਦਾ, ਅਤੇ ਉਹਦੇ ਵਾਸਤੇ ਨੋ ਡਾਊਟ ਇੱਕ ਵਾਰੀ ਪ੍ਰੋਪਰਟੀ ਡਿਸਪਿਊਟ ਜ਼ਰੂਰ ਆ ਜਾਂਦਾ, ਜਦ ਵਿਲ ਹੁੰਦੀ ਹੈ ਜਾਂ ਟ੍ਰਾਂਸਫਰ ਹੁੰਦੀ ਹੈ ਤਾਂ ਇੱਕ ਵਾਰ ਡਿਸਪਿਊਟ ਜ਼ਰੂਰ ਪੈ ਜਾਂਦਾ, ਬਟ ਉਹ ਸੈਲਫ ਓਨ ਪ੍ਰੋਪਰਟੀ 'ਚ ਮਦਰ ਫਾਦਰ ਦਾ ਰਾਈਟ ਹੁੰਦਾ ਕਿ ਉਹ ਕਿਸੇ ਨੂੰ ਦੇ ਨਾ ਦੇ, ਨੰਬਰ 1। ਨੰਬਰ 2, ਜੇ ਉਹ ਦਾਦੇ ਪੜਦਾਦੇ ਨੂੰ ਟ੍ਰਾਂਸਫਰ, ਜੱਦੀ ਜਿਹਨੂੰ ਪ੍ਰੋਪਰਟੀ ਕਹਿੰਦੇ, ਜੇ ਉਹ ਪ੍ਰੋਪਰਟੀ ਹੈਗੀ ਹੈ ਤਾਂ ਉਸ 'ਚ ਫਿਰ ਇਕੁਅਲ ਰਾਈਟ ਬਣ ਜਾਂਦਾ, ਫਿਰ ਤੁਹਾਡੇ ਫਾਦਰ ਸਾਹਿਬ ਜਿਹੜੇ ਹੈਗੇ ਨੇ ਉਹ ਪ੍ਰੋਪਰਟੀ ਨੂੰ ਇਵੇਂ ਹੀ ਟ੍ਰਾਂਸਫਰ ਨਹੀਂ ਕਰ ਸਕਦੇ, ਜੇ ਤੁਸੀਂ ਆਪਣਾ ਹਿੱਸਾ ਮੰਗੋ ਤੁਹਾਨੂੰ ਹਿੱਸਾ ਮਿਲ ਸਕਦਾ, ਅਤੇ ਜੇ ਉਹ ਇੱਥੇ ਹੈਗੇ ਨੇ ਤਾਂ ਉਹਨਾਂ ਨੂੰ ਇੱਥੇ ਆਪਣੀ ਪ੍ਰੋਪਰ ਜਾ ਕੇ ਸਿਵਲ ਸੂਟ ਫਾਈਲ ਕਰਨਾ ਪੈਂਦਾ, ਅਦਰਵਾਈਜ਼ ਜੋ ਇੱਕ ਵਾਰ ਜਿਹੜੀ ਪਾਰਟੀਸ਼ਨ ਦਾ, ਜੇ ਪਾਰਟੀਸ਼ਨ ਨਹੀਂ ਹੋਈ ਹਲੇ, ਜੇ ਟ੍ਰਾਂਸਫਰ ਨਹੀਂ ਹੋਈ ਤਾਂ ਤਹਿਸੀਲਦਾਰ ਕੋਲ ਪਾਰਟੀਸ਼ਨ ਦਾ ਵੀ ਕੇਸ ਫਾਈਲ ਕਰ ਸਕਦੇ ਹੈ ਕਿ ਜੀ ਮੇਰੀ ਪ੍ਰੋਪਰਟੀ ਦਾ ਹਿੱਸਾ ਮੈਨੂੰ ਦਿੱਤਾ ਜਾਵੇ, ਇਹ ਜੋ ਉਹਦੀ ਫਰਜ਼ ਆ ਜੋ ਵੀ ਡਾਕੂਮੈਂਟਸ ਉਹ ਨਾਲ ਲਗਾ ਕੇ। ਅਦਰਵਾਈਜ਼ ਜੋ ਪ੍ਰੋਪਰਟੀ ਟ੍ਰਾਂਸਫਰ ਹੋ ਜਾਂਦੀ ਹੈ ਕਿ ਵਿਲ ਦੇ ਥਰੂ ਹੁੰਦੀ ਹੈ ਜਾਂ ਕੋਈ ਜੀ ਪੀ ਏ ਥਰੂ ਹੁੰਦੀ ਹੈ, ਤਾਂ ਉਹਨੂੰ ਆਪਾਂ ਸਿਵਲ ਕੋਰਟ ਜਾ ਕੇ ਚੈਲੇਂਜ ਕਰ ਸਕਦੇ ਹਾਂ ਕਿ ਜੀ ਇਹ ਜਿਹੜੀ ਵਿਲ ਜਾਂ ਜੀ ਪੀ ਏ ਹੈਗੀ ਹੈ ਜੋ ਹੋਈ ਹੈ, ਇਹ ਮੇਰਾ ਨਾਮ ਨਾ ਪਾ ਕੇ ਮੇਰੀ ਵਿਦਾਊਟ ਨੋ ਓਬਜੈਕਸ਼ਨ 'ਤੇ ਹੋਈ ਹੈ, ਇਸ ਕਰਕੇ ਅਤੇ ਇਹ ਮੇਰਾ ਵੀ ਹਿੱਸਾ ਬਣਦਾ, ਮੈਨੂੰ ਇਹਦਾ ਹਿੱਸਾ ਦਿੱਤਾ ਜਾਵੇ। ਜੀ ਅੱਛਾ ਸਰ, ਬਾਈ ਚਾਂਸ ਆਪਾਂ ਦੇਖਦੇ ਹੈਗੇ ਕਿ ਡਿਸਪਿਊਟ ਹੋ ਜਾਂਦਾ ਕੋਈ ਮੈਰਿਜ ਦੇ ਵਿੱਚ, ਕਿਤੇ ਨਾ ਕਿਤੇ ਪ੍ਰੋਬਲਮ ਆ ਜਾਂਦੀ, ਕਈ ਵਾਰੀ ਕੁੜੀਆਂ ਹੀ ਚਲੇ ਜਾਂਦੀਆਂ ਨੇ ਬਾਹਰ ਔਰ ਇੱਥੋਂ ਮੁੰਡਿਆਂ ਨੂੰ ਨਹੀਂ ਬੁਲਾਉਂਦੀਆਂ, ਸੋ ਇਸ ਕੇਸ ਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਇਸ ਡਿਸਪਿਊਟ ਦੇ ਵਿੱਚ ਪ੍ਰੋਪਰਟੀ ਦਾ ਮੁੱਦਾ ਜਿਹੜਾ ਉਹ ਆਉਂਦਾ ਹੈ? ਨਹੀਂ ਦੇਖੋ, ਇਸ ਡਿਸਪਿਊਟ 'ਚ
ਤਾਂ ਉਹ ਜਿਹੜਾ ਫਰੋਡ 'ਚ ਇੱਕ ਕਮੇਟੀ ਹੁੰਦਾ ਹੈ ਅਤੇ ਉਹਦੇ ਵਾਸਤੇ ਜਿਹੜੇ ਆਪਣਾ ਪੁਲਿਸ ਸਟੇਸ਼ਨ 'ਚ ਕੰਪਲੇਂਟ ਫਾਈਲ ਹੁੰਦੀ ਹੈ ਕਿ ਜੀ ਵੀ ਮੇਰੇ ਨਾਲ ਇਹ ਮੁੰਡਾ ਜਿਹੜਾ ਜਾਂ ਕੁੜੀ ਵਿਆਹ ਕਰਾ ਕੇ ਚਲੇ ਗਈ ਆ, ਬਟ ਇੰਨਾ ਟਾਈਮ ਹੋ ਗਿਆ ਹੁਣ ਮੈਨੂੰ ਲੈ ਕੇ ਜਾਣ ਨੂੰ ਤਿਆਰ ਨਹੀਂ ਹੈ, ਅਤੇ ਇਹ ਇਸ ਕਰਕੇ ਫਿਰ ਉਹ ਫਿਰ ਪੁਲਿਸ ਕੰਪਲੇਂਟ ਫਾਈਲ ਹੁੰਦੀ ਹੈ। ਜੇ ਕੁੜੀ ਗਈ ਹੈ, ਸਪੋਜ਼ ਕਰੋ ਸੋਰੀ ਮੁੰਡਾ ਗਿਆ ਅਤੇ ਕੁੜੀ ਇੱਥੇ ਹੈ, ਤਾਂ ਵੀ ਫਿਰ ਉਹ 498 ਸੈਕਸ਼ਨ ਹੈਗਾ ਉਹਦੇ ਤਹਿਤ ਆਪਣਾ ਕੰਪਲੇਂਟ ਫਾਈਲ ਹੁੰਦੀ ਹੈ, ਮਤਲਬ ਉਹ ਧਾਰਾ ਲੱਗਦੀ ਬੇਸਿਕਲੀ। ਅਤੇ ਉਸ ਤੋਂ ਬਾਅਦ ਉਹ ਮੈਂਟੇਨੈਂਸ ਕਲੇਮ ਕਰ ਸਕਦੀ ਹੈ, ਉਹ ਜਾ ਕੇ ਕੋਰਟ 'ਚ ਕਹਿ ਸਕਦੀ ਹੈ ਕਿ ਮੇਰਾ ਇਹਦੇ ਮੁੰਡੇ ਨਾਲ ਵਿਆਹ ਹੋਇਆ ਸੀਗਾ ਅਤੇ ਮੁੰਡਾ ਬਾਹਰ ਚਲਾ ਗਿਆ ਅਤੇ ਇਹ ਮੇਰੇ ਨਾਲ ਫਰੋਡ ਵੀ ਕਰ ਗਿਆ, ਉਹ ਪੁਲਿਸ ਕੰਪਲੇਂਟ 'ਚ ਉਹ ਕਹਿ ਸਕਦੀ ਹੈ। ਅਤੇ ਮੈਂਟੇਨੈਂਸ 'ਚ ਉਸ 'ਚ ਮੈਂਟੇਨੈਂਸ ਮੰਗ ਸਕਦੀ ਕਿ ਮੇਰਾ ਵੀ ਹਜੇ ਕੋਈ ਡਿਵੋਰਸ ਹੈ ਨਹੀਂ ਹੈ ਅਤੇ ਮੈਨੂੰ ਛੱਡ ਕੇ ਚਲਾ ਗਿਆ, ਅਤੇ ਮੈਨੂੰ ਖਰਚਾ ਦਿੱਤਾ ਜਾਵੇ, ਮੰਥਲੀ ਮੈਂਟੇਨੈਂਸ ਦਿੱਤਾ ਜਾਵੇ ਵੀ ਤਾਂ ਕਿ ਮੇਰੇ ਘਰ ਦਾ ਖਰਚਾ ਚੱਲ ਸਕੇ। ਜੀ ਸਰ, ਮੈਂਟੇਨੈਂਸ ਦੀ ਗੱਲ ਕੀਤੀ ਹੈਗੀ, ਇਹ ਕੁਛ ਈਅਰ ਹੁੰਦੇ ਨੇ ਕਿ ਮੈਰਿਜ ਤੋਂ 2-3 ਸਾਲ ਤੱਕ ਹੀ ਅਸੀਂ ਕਰ ਸਕਦੇ ਹਾਂ, ਜਾਂ ਵੀ ਕਈ ਵਾਰੀ ਹੋ ਜਾਂਦਾ ਕਿ 10-10 ਸਾਲ 15-15 ਸਾਲ ਵਿਆਹ ਨੂੰ ਹੋ ਜਾਂਦੇ ਨੇ, ਫਿਰ ਕੋਈ ਨਾ ਕੋਈ ਡਿਸਪਿਊਟ ਪੈਦਾ ਹੋ ਜਾਂਦਾ, ਫਿਰ ਉਦੋਂ ਮੈਂਟੇਨੈਂਸ ਮਿਲ ਸਕਦੀ ਹੈਗੀ? ਐਨੀ ਟਾਈਮ ਮੈਂਟੇਨੈਂਸ, ਤਾਂ ਦੇਖੋ ਮੈਂਟੇਨੈਂਸ ਦੀ ਕੰਡੀਸ਼ਨ ਇੱਕੋ ਹੁੰਦੀ ਹੈ ਵੀ ਜੇ ਤਾਂ ਮੁੰਡਾ ਕੁੜੀ ਦੋਨੋਂ ਜੋਬ ਕਰਦੇ ਹੈ, ਫਿਰ ਮੈਂਟੇਨੈਂਸ ਜਿਹੜੀ ਨਹੀਂ ਲੱਗਦੀ ਹੈਗੀ ਕੁੜੀ ਨੂੰ। ਜੇ ਕੁੜੀ ਜੋਬ ਨਹੀਂ ਕਰਦੀ, ਉਹ ਦਿਖਾਉਂਦੀ ਕਿ ਮੇਰੀ ਕੋਈ ਸੋਰਸ ਆਫ ਇਨਕਮ ਨਹੀਂ ਹੈਗਾ, ਜੇ ਬੱਚੇ ਹੈਗੇ ਬੱਚੇ ਦੀ ਮੈਂਟੇਨੈਂਸ ਤਾਂ ਲੱਗਦੀ ਹੀ ਹੈਗੀ ਹੈ, ਉਹ ਤਾਂ 100% ਮੁੰਡੇ ਨੂੰ ਦੇਣੀ ਹੀ ਪੈਂਦੀ ਹੈਗੀ ਹੈ। ਅਤੇ ਜੇ ਜੋਬ ਨਹੀਂ ਕਰਦੀ ਤਾਂ ਉਹਦੀ ਮੈਂਟੇਨੈਂਸ ਲੱਗਦੀ, ਉਹ ਮੈਟਰ ਨਹੀਂ ਕਰਦਾ ਈਅਰਸ ਕਿੰਨੇ ਹੋ ਗਏ। ਸਪੋਜ਼ ਕਰੋ ਮੁੰਡਾ ਚਲਾ ਗਿਆ ਦੁਬਈ, ਚਲਾ ਗਿਆ ਕਿਤੇ ਹੋਰ, ਚਲਾ ਗਿਆ 10 ਸਾਲ ਵਾਪਸ ਹੀ ਨਹੀਂ ਆਇਆ, 10 ਸਾਲ ਬਾਅਦ ਉਹ ਕਹਿੰਦਾ ਮੈਂ ਤਾਂ ਹੁਣ ਤੇਰੇ ਨਾਲ ਰੱਖਣਾ ਨਹੀਂ ਹੈਗਾ ਅਤੇ ਇਸ ਕਰਕੇ ਮੈਂ ਆਪਣਾ ਇੱਥੇ ਸੈਟਲ ਹੋਣਾ ਅਤੇ ਮੇਰਾ ਤੇਰਾ ਕੋਈ ਲੈਣਾ ਦੇਣਾ ਨਹੀਂ, ਤਾਂ 10 ਸਾਲ ਬਾਅਦ ਹੀ ਮੈਂਟੇਨੈਂਸ ਫਾਈਲ ਕਰ ਸਕਦੇ। ਈਵਨ ਕਿ ਇੰਡੀਅਨ ਲਾਅ ਤਾਂ ਇਹ ਵੀ ਕਹਿੰਦਾ ਹੈ ਕਿ ਵੀ ਜੇ ਇਕੱਠੇ ਵੀ ਰਹਿ ਰਹੇ ਹਸਬੈਂਡ ਵਾਈਫ, ਤਾਂ ਵੀ ਵਾਈਫ ਜਿਹੜੀ ਹੈ ਮੈਂਟੇਨੈਂਸ ਕਲੇਮ ਕਰ ਸਕਦੀ ਹੈ ਹਸਬੈਂਡ ਤੋਂ ਕਿ ਮੈਨੂੰ ਇਹ ਮਹੀਨੇ ਦਾ ਖਰਚਾ ਨਹੀਂ ਦਿੰਦਾ। ਜੀ ਸਰ, ਹੋਰ ਵੀ ਸਵਾਲ ਲਵਾਂਗੇ ਪਰ ਕਾਲਰ ਲੈ ਲੈਂਦੇ ਹਾਂ ਪਹਿਲਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ, ਕੀ ਸਵਾਲ ਹੈ? ਮੈਂ ਤਰਸੇਮ ਸਿੰਘ ਬੋਲਦਾ ਜੀ, ਫਰੀਨੋ ਤੋਂ, ਅਮਰੀਕਾ ਤੋਂ। ਹਾਂਜੀ ਤਰਸੇਮ ਜੀ, ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਮੈਂ ਕੀਤੀ ਸੀ ਬਸੀਦ ਕੀਤੀ ਸੀਗੀ, ਨਾ ਮੁਖਤਾਰਨਾਮਾ ਦਿੱਤਾ ਸੀ ਕਿਸੇ ਬੰਦੇ ਨੂੰ। ਹਾਂਜੀ ਜੀ, ਤੇ ਉਹ ਮੈਂ ਜਿੱਦਾਂ ਉਹ ਮੁੜ ਕੇ ਤੜਾਇਆ ਨਹੀਂ, ਤੇ ਮੈਂ ਉਹ ਕੋਈ ਮੈਨੂੰ ਟ੍ਰਬਲ ਤਾਂ ਨਾ ਕਰੂਗਾ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਮੁਖਤਿਆਰਨਾਮਾ ਦੋ ਹੁੰਦੇ ਆ ਜੀ, ਇੱਕ ਤਾਂ ਮੁਖਤਿਆਰਨਾਮਾ ਆਮ ਹੁੰਦਾ ਹੈ ਕਿ ਜਿਸ 'ਚ ਹੁੰਦਾ ਕਿ ਤੁਸੀਂ ਸਿਰਫ ਉਹਨੂੰ ਪ੍ਰੋਪਰਟੀ ਟੇਕ ਕੇਅਰ ਕਰਨ ਵਾਸਤੇ ਜਾਂ ਰੈਂਟ ਕਲੈਕਸ਼ਨ ਵਾਸਤੇ ਜਾਂ ਫਿਰ ਮੈਂਟੇਨੈਂਸ ਕਰਨ ਵਾਸਤੇ। ਹਾਂਜੀ, ਸਭ ਕਾਸੇ ਲਈ, ਸਭ ਮਤਲਬ ਵੇਚਣ ਵਾਸਤੇ, ਮਤਲਬ ਮੁਖਤਿਆਰਨਾਮਾ ਖਾਸ ਦਿੱਤਾ ਤੁਸੀਂ ਬੇਸਿਕਲੀ। ਹਾਂਜੀ, ਤੇ ਮੁਖਤਿਆਰਨਾਮਾ ਖਾਸ ਤੁਸੀਂ ਕੀ ਚਾਹੁੰਦੇ, ਕੀ ਹੋ ਤੁਸੀਂ ਉਸ 'ਚ? ਮੈਂ ਚਾਹੁੰਦਾ ਵੀ ਉਹ ਕੋਈ ਗੱਲਬਾਤ ਨਹੀਂ ਹੈਗੀ, ਪਰ ਮੈਂ ਕਿਹਾ ਜੇ ਕੱਲ ਨੂੰ ਉਹਨੂੰ ਕੋਈ ਬੰਦ ਬੁੰਦ ਕਰਾਉਣਾ ਪੈਂਦਾ ਹੁੰਦਾ ਕਿ ਜਾਂ ਠੀਕ ਹੈ, ਉਦੋਂ ਮੈਂ ਵਸੀਅਤ ਕੀਤੀ ਹੋਈ ਆਪਦੇ ਮੁੰਡੇ ਦੇ ਨਾਂ। ਨਹੀਂ ਦੇਖੋ, ਦੋ ਚੀਜ਼ਾਂ, ਜੇ ਤਾਂ ਤੁਸੀਂ ਮੁਖਤਿਆਰ ਜਦੋਂ ਤੱਕ ਤੁਸੀਂ ਜਿੰਦੇ ਹੋ ਤੇ ਚਾਹੇ ਤੁਸੀਂ ਵਸੀਅਤ ਕੀਤੀ ਹੈ ਚਾਹੇ ਤੁਸੀਂ ਮੁਖਤਿਆਰਨਾਮਾ ਕੀਤਾ ਹੈ, ਤੁਸੀਂ ਉਹਨੂੰ ਤੜਾ ਸਕਦੇ ਹੋ, ਲੀਗਲੀ ਉਹਨੂੰ ਤੜਾ ਸਕਦੇ ਹੋ। ਅੱਛਾ, ਹਾਂਜੀ, ਜੇ ਉਹ ਕੀਤੀ ਹੋਈ ਹੈ ਤੇ ਤੁਸੀਂ ਨਹੀਂ ਤੜਾਉਣਾ ਚਾਹੁੰਦੇ ਤਾਂ ਕੋਈ ਦਿੱਕਤ ਨਹੀਂ ਹੁੰਦੀ, ਜਾਂ ਤੁਸੀਂ ਚੇਂਜ ਕਰਕੇ ਕਿਸੇ ਵੀ। ਮੈਨੂੰ ਕੋਈ ਬੰਦਾ ਕਹਿੰਦਾ ਵੀ ਤੈਨੂੰ ਉਹ ਤੜਾਉਣਾ ਚਾਹੀਦਾ, ਮੈਂ ਕਿਹਾ ਵੀ ਜਦ ਮੈਂ ਲੋੜ ਹੀ ਨਹੀਂ ਤਾਂ ਫੇਰ ਕਾਹਦੇ ਆ ਨਾ। ਨਹੀਂ ਨਹੀਂ ਦੇਖੋ, ਦੋ ਚੀਜ਼ਾਂ ਹੁੰਦੀਆਂ, ਤੜਾਉਣ ਦਾ ਤਾਂ ਹੁੰਦਾ, ਸਪੋਜ਼ ਕਰ ਤੁਸੀਂ ਇੱਕ, ਤੁਹਾਡੇ ਦੋ ਮੁੰਡੇ ਨੇ, ਤੁਸੀਂ ਇੱਕ ਮੁੰਡੇ ਨਾਂ 'ਤੇ ਕਰਤੇ ਆ, ਬਾਅਦ ਤੁਹਾਡਾ ਮਨ ਬਦਲ ਗਿਆ, ਤੁਸੀਂ ਕਿਹਾ ਨਹੀਂ ਜੀ ਦੋਵਾਂ ਦੇ ਨਾਮ 'ਤੇ ਕਰਨਾ ਹੈ ਮੈਂ, ਫਿਰ ਤੁਸੀਂ ਪੁਰਾਣਾ ਮੁਖਤਿਆਰਨਾਮਾ ਪਹਿਲਾਂ ਤੁਹਾਨੂੰ ਤੜਾਉਣਾ ਪਏਗਾ, ਤਾਂ ਨਵਾਂ ਮੁਖਤਿਆਰਨਾਮਾ ਵਿੱਲ ਜੋ ਹੈਗਾ ਉਹ ਬਣਾਉਣੀ ਪਏਗੀ ਦੋਵਾਂ ਦੇ ਨਾਂ 'ਤੇ। ਜੇ ਤੁਸੀਂ ਇੱਕ ਵਾਰ ਬਣਾ ਦਿੱਤਾ ਹੈਗਾ, ਹੁਣ ਜਿਹੜਾ ਤੁਹਾਨੂੰ ਕਹਿ ਰਿਹਾ ਕਿ ਵੀ ਤੜਾਓ, ਹੁਣ ਰੀਜ਼ਨ ਡਿਪੈਂਡ ਕਰਦਾ ਵੀ ਉਹਦਾ ਕਾਰਨ ਕੀ ਹੈ ਤੜਾਉਣ ਦਾ, ਤੁਸੀਂ ਤੜਾਉਣਾ ਹੀ ਚਾਹੁੰਦੇ, ਨਹੀਂ ਤੜਾਉਣਾ ਚਾਹੁੰਦੇ ਤਾਂ ਫਿਰ ਕੋਈ ਦਿੱਕਤ ਨਹੀਂ ਹੈ। ਉਹ ਮੈਂ ਐਕਚੁਅਲੀ ਕਿਸੇ ਬੰਦੇ ਨੂੰ ਦਿੱਤਾ ਸੀਗਾ, ਹਾਂਜੀ, ਸਾਡਾ ਰਿਸ਼ਤੇਦਾਰ ਹੀ ਸੀਗਾ, ਮੈਂ ਕਿਹਾ ਕੋਈ ਉਹ ਕਾਹਨੂੰ ਟ੍ਰਬਲ ਤਾਂ ਨਹੀਂ, ਮੈਂ ਨਾ ਕਰ ਸਕਦਾ, ਮੈਂ ਆਪ ਤੈਨੂੰ ਪੁੱਛਣਾ ਕਿ ਬਾਅਦ 'ਚ ਪ੍ਰੋਬਲਮ। ਅੱਛਾ, ਨਹੀਂ ਟ੍ਰਬਲ ਕੀ, ਦੇਖੋ ਟ੍ਰਬਲ ਮੀਨਸ ਵੀ ਤੁਹਾਡਾ ਨਾਲ ਠੱਗੀ ਤਾਂ ਨਹੀਂ ਮਾਰ ਸਕਦਾ, ਕੋਈ ਫਰੋਡ ਤਾਂ ਨਹੀਂ ਕਰ ਸਕਦਾ, ਇਹ ਕਹਿਣਾ ਚਾਹੁੰਦੇ ਹੋ? ਹਾਂਜੀ ਹਾਂਜੀ। ਨਹੀਂ ਉਹ ਤਾਂ ਫਿਰ ਦੇਖੋ, ਉਹ ਤਾਂ ਤੁਸੀਂ ਜੇ ਤੁਹਾਨੂੰ ਭਰੋਸਾ ਹੈਗਾ ਫਿਰ ਤਾਂ ਕੋਈ ਗੱਲ ਨਹੀਂ, ਅਦਰਵਾਈਜ਼ ਤੁਸੀਂ ਮੁਖਤਿਆਰਨਾਮਾ ਜਿਹੜਾ ਤੁਸੀਂ ਮੁਖਤਿਆਰਨਾਮਾ ਖਾਸ ਦੀ ਬਜਾਏ ਨਾ ਆਮ ਕਰਵਾਓ, ਕਿਉਂਕਿ ਮੁਖਤਿਆਰਨਾਮੇ ਖਾਸ 'ਚੋਂ ਤੁਹਾਡੀ ਪ੍ਰੋਪਰਟੀ ਵੇਚ ਸਕਦਾ ਹੈ, ਪਰ ਮੁਖਤਿਆਰਨਾਮੇ ਆਮ 'ਚ ਜਿਹਨੂੰ ਸਪੈਸ਼ਲ ਪਾਵਰ ਅਟਾਰਨੀ ਕਹਿੰਦੇ ਉਹ ਤੁਹਾਡੀ ਪ੍ਰੋਪਰਟੀ ਵੇਚ ਨਹੀਂ ਸਕਦਾ, ਫਿਰ ਉਹ ਤੁਹਾਡੀ ਪ੍ਰੋਪਰਟੀ ਟੇਕ ਕੇਅਰ ਕਰ ਸਕਦਾ ਹੈ ਉਸ ਮੁਖਤਿਆਰਨਾਮੇ ਨਾਲ, ਸਪੈਸ਼ਲ ਪਾਵਰ ਅਟਾਰਨੀ ਜਿਹਨੂੰ ਕਹਿੰਦੇ ਆ ਆਮ ਨਾਲ, ਮੁਖਤਿਆਰਨਾਮੇ ਆਮ ਨਾਲ ਤੁਹਾਡੀ ਪ੍ਰੋਪਰਟੀ ਦਾ ਵੇਚਣ ਦਾ ਰਾਈਟ ਉਹਦੇ ਕੋਲ ਤੋਂ ਖਤਮ ਹੋ ਜਾਂਦਾ, ਉਸ 'ਚ ਵਰਡਿੰਗ ਆਉਂਦੀ ਹੈ ਕਿ ਭਾਈ ਮੇਰੀ ਪ੍ਰੋਪਰਟੀ ਦੀ ਉਹ ਦੇਖ ਰੇਖ ਕਰ ਸਕਦਾ, ਮੈਂਟੇਨੈਂਸ ਕਰ ਸਕਦਾ, ਕਿਰਾਇਆ ਲੈ ਸਕਦਾ, ਉਹਨੂੰ ਉਸ 'ਚ ਅਲਟਰੇਸ਼ਨ ਕਰ ਸਕਦਾ, ਪਰ ਉਹਨੂੰ ਵੇਚ ਨਹੀਂ ਸਕਦਾ, ਸਪੈਸੀਫਿਕ ਵਰਡ ਯੂਜ਼ ਕੀਤਾ ਜਾਂਦਾ। ਤਾਂ ਮੇਰੀ ਰਾਏ ਹੋਊਗੀ ਜੇ ਤੁਹਾਨੂੰ  1% ਵੀ ਸ਼ੰਕਾ ਹੈਗੀ ਹੈ, ਤੁਸੀਂ ਉਹਨੂੰ ਮੁਖਤਿਆਰਨਾਮਾ ਖਾਸ ਦੀ ਬਜਾਏ ਮੁਖਤਿਆਰਨਾਮਾ ਆਮ ਕਰਵਾ ਦਿਓ। ਨਹੀਂ ਤੁਸੀਂ ਉਹ ਤਾਂ ਤੁਸੀਂ ਜਦ ਤੱਕ ਤੁਸੀਂ ਰੱਬ ਸੁੱਖ ਰੱਖੇ ਤੁਹਾਡੀ ਉਮਰ 100 ਸਾਲ 'ਤੇ ਵੀ ਉੱਤੇ ਹੋਵੇ ਅਤੇ
हाँ जी हाँ जी तहसीलों भी कराना पौगा नहीं तो तुसी उत्थे तहसील ते रजिस्टर कराया होया हाँ जी हाँ जी ते जदों तुसी वापिस करी आओगे ते आके तुसी तहसील जी कैप्लीकेशन देनी है सिर्फ कि मेरा फलाना फलाना नंबर मुख्तियारनामा खास बनिया होया है ते मैं इनू खत्म करना चाहना है तो वह फिर थोड़ा खत्म हो जाएगा तो उत्थे तुसी स्पैशल पावर अटॉर्नी मुख्तियारनामा आम वो उत्थे तुसी बनवा के तुसी रजिस्टर करा सकते हो जिस एक चीज़ का ध्यान रखियो जे तुसी नहीं चाहते तो बेचण दा राइट नहीं पाना उस ਕਿ ਵੀ ਵੀ ਵੇਚੋਗੇ ਤੁਸੀਂ ਉਹ ਸਿਰਫ ਉਹਦੀ ਟੇਕ ਕੇਅਰ ਕਰ ਸਕਦੇ ਆ ਉਹ ਡਿਸਪਿਊਟ ਕਰ ਦਿੱਤਾ ਜਾਂ ਪਹਿਲੀ ਵਿਲ ਦੇ ਹਿਸਾਬ ਦੇ ਨਾਲ ਆਪਣੀ ਪ੍ਰੋਪਰਟੀ ਸੇਲ ਕਰ ਦਿੱਤੀ ਤੇ ਹੁਣ ਦੁਬਾਰਾ ਕੇਸ ਹੋ ਸਕਦਾ ਆ ਜਾਂ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਸਕਦੀ ਆ ਦੇਖੋ ਜੀ ਤੁਹਾਡੇ ਦੋ ਸਵਾਲ ਨੇ ਇੱਕ ਸਵਾਲ ਤਾਂ ਇਹ ਹੈ ਕਿ ਆਲਰੇਡੀ ਵਿਲ ਕਰਨ ਤੋਂ ਬਾਅਦ ਪ੍ਰੋਪਰਟੀ ਸੇਲ ਕਰਤੀ ਦੇਖੋ ਜਦ ਪ੍ਰੋਪਰਟੀ ਸੇਲ ਹੋ ਗਈ ਵਿਲ ਕਰਨ ਤੋਂ ਬਾਅਦ ਦੈਨ ਫਿਰ ਤਾਂ ਕੋਈ ਕੁਐਸਚਨ ਕੋਈ ਇਸ 'ਚ ਖੜਾ ਨਹੀਂ ਹੁੰਦਾ ਕਿਉਂਕਿ ਆਲਰੇਡੀ ਉਹਨੂੰ ਪ੍ਰੋਪਰਟੀ ਰਾਈਟ ਸੀਗੇ ਵਿਲ 'ਚ ਅਤੇ ਇਸ ਕਰਕੇ ਉਹਨੇ ਸੇਲ ਕਰਤੀ ਹਾਂ ਜੇ ਵਿਲ ਹਲੇ ਐਟ ਪ੍ਰੈਜੈਂਟ ਸਟੈਂਡ ਕਰ ਰਹੀ ਹੈ ਅਤੇ ਬੰਦਾ ਵਿਲ ਕਰਨ ਵਾਲਾ ਜਿਵੇਂ ਹੁਣੀ ਇਹਨਾਂ ਦੀ ਗੱਲ ਆਈ ਸੀਗੀ ਇਹਨਾਂ ਨੇ ਜਨਰਲ ਪਾਵਰ ਡਾਊਨ ਦੀ ਗੱਲ ਕੀਤੀ ਸੀਗੀ ਅਤੇ ਵਿਲ ਜੇ ਸਟੈਂਡ ਕਰ ਰਹੀ ਹੈ ਹਲੇ ਅਤੇ ਜਦ ਤੱਕ ਜੇ ਵਿਲ ਕਰਨ ਵਾਲਾ ਬੰਦਾ ਜਿੰਦਾ ਹੈ ਤਦ ਤੱਕ ਆਪਣੀ ਵਿਲ ਨੂੰ ਉਹ ਅਮੈਂਡ ਕਰ ਸਕਦਾ ਚੇਂਜ ਕਰ ਸਕਦਾ ਅਤੇ ਸਪੋਜ਼ ਕਰੋ ਉਹਨਾਂ ਨੇ ਇੱਕ ਬੇਟੇ ਦੇ ਨਾਂ 'ਤੇ ਕੀਤੀ ਹੋਈ ਹੈ ਅਤੇ ਕੱਲ੍ਹ ਨੂੰ ਉਹਨਾਂ ਦਾ ਮਨ ਬਦਲ ਗਿਆ ਉਹਨਾਂ ਨੇ ਕਿਹਾ ਨਹੀਂ ਜੀ ਮੈਂ ਆਪਣੀ ਕੁੜੀ ਦੇ ਨਾਂ 'ਤੇ ਕਰਨੀ ਹੈ ਅਤੇ ਜੇ ਤਾਂ ਉਹ ਰਜਿਸਟਰਡ ਵਿਲ ਹੈਗੀ ਦੋ ਆਪਸ਼ਨ ਦੋ ਚੀਜ਼ਾਂ ਹੁੰਦੀਆਂ ਇੱਕ ਤਾਂ ਅਨਰਜਿਸਟਰਡ ਵਿਲ ਇੱਕ ਰਜਿਸਟਰਡ ਵਿਲ ਅਨਰਜਿਸਟਰਡ ਵਿਲ ਤੱਕ ਜਿਵੇਂ ਆਪਾਂ ਘਰੇਲੂ ਫੈਮਿਲੀ ਸੈਟਲਮੈਂਟ 'ਚ ਇੱਕ ਵਿਲ ਬਣ ਜਾਂਦੀ ਹੈ ਕਾਗਜ਼ਾਂ 'ਤੇ ਚਾਰ ਦੋ ਬੰਦੇ ਨੇ ਸਾਈਨ ਹੋ ਜਾਂਦੇ ਆਪਾਂ ਵਿਲ ਉਹਨੂੰ ਕਰ ਦਿੰਦੇ ਬਟ ਕੋਰਟ 'ਚ ਜਾ ਕੇ ਕਿਤੇ ਨਾ ਕਿਤੇ ਉਹ ਦੂਜੀ ਧਿਰ ਜਿਹੜੀ ਆ ਉਹਨੂੰ ਝੂਠਾ ਸਾਬਿਤ ਕਰਨ ਦੀ ਕੋਸ਼ਿਸ਼ ਕਰਦੀ ਹੈ ਫੇਕ ਸਿਗਨੇਚਰ ਕਹਿਣ ਦੀ ਕੋਸ਼ਿਸ਼ ਕਰਦੀ ਹੈ ਤੋ ਰਜਿਸਟਰਡ ਵਿਲ ਹੋਵੇ ਜ਼ਿਆਦਾ ਬੈਨੀਫਿਟ ਆ ਉਹ ਅਤੇ ਰਜਿਸਟਰਡ ਵਿਲ ਜੇ ਆਪਾਂ ਚੇਂਜ ਕਰਾਉਣੀ ਜਿਵੇਂ ਪਹਿਲਾਂ ਪ੍ਰੋਸੈਸ ਜਨਰਲ ਪਾਵਰ ਅਟਾਰਨੀ ਦੱਸਿਆ ਕਿ ਤੁਹਾਨੂੰ ਉਹੀ ਸਬ ਰਜਿਸਟਰਾਰ ਦੇ ਜਾਣਾ ਪਏਗਾ ਜਾ ਕੇ ਆਪਣੀ ਪੁਰਾਣੀ ਵਿਲ ਪਹਿਲਾਂ ਕੈਂਸਲ ਕਰਵਾਉਣੀ ਪਏਗੀ ਤਾਂ ਕਿ ਕੋਈ ਇਨ ਫਿਊਚਰ ਡਿਸਪਿਊਟ ਨਾ ਕ੍ਰੀਏਟ ਹੋਵੇ ਪੁਰਾਣੀ ਵਿਲ ਜਿਹੜੀ ਕੈਂਸਲ ਕਰਵਾ ਕੇ ਫਿਰ ਨਵੀਂ ਵਿਲ ਜਿਹੜੀ ਸਪੋਜ਼ ਕਰੋ ਕੁੜੀ ਦੇ ਨਾਂ 'ਤੇ ਕਰਾਉਣੀ ਹੈ ਤਾਂ ਕੋਈ ਹੋਰ ਮੁੰਡੇ ਦੇ ਨਾਂ 'ਤੇ ਕਰਾਉਣੀ ਹੈ ਉਹ ਕਰਵਾਉਣੀ ਪਏਗੀ ਮੈਂ ਫਿਰ ਰਿਪੀਟ ਕਰ ਰਿਹਾ ਵੀ ਜੇ ਸੈਲਫ ਓਨ ਪ੍ਰੋਪਰਟੀ ਹੈਗੀ ਹੈ ਫਿਰ ਉਹ ਪ੍ਰੋਪਰਟੀ ਦੀ ਜੇ ਵਿਲ ਤੁਸੀਂ ਚੇਂਜ ਕਰਾ ਕੇ ਕਰਦੇ ਹੋ ਫਿਰ ਉਹ ਡਿਸਪਿਊਟ ਪੈਣ ਦੇ ਚਾਂਸਿਸ ਦੇਖੋ ਬਹੁਤ ਘੱਟ ਹੁੰਦੇ ਆ ਕਿਉਂਕਿ ਦੂਜੀ ਧਿਰ ਜਿਹੜੀ ਜਿਹਨੂੰ ਬੈਨੀਫਿਟ ਨਹੀਂ ਮਿਲਦਾ ਉਹ ਇੱਕ ਵਾਰ ਕੋਰਟ ਜ਼ਰੂਰ ਜਾਂਦੇ ਆ ਪਰ ਕੋਰਟ ਦੀ ਐਕਸਰਸਾਈਜ਼ ਤੋਂ ਬਾਅਦ ਜਿਹੜੀ ਹੈਗੀ ਆ ਉਹ ਮੋਸਟ ਪ੍ਰੋਬਬਲੀ ਜਿਹੜੇ 99% ਚਾਂਸ ਜਿਹੜੇ ਹੈਗੇ ਆ ਉਹ ਜੋ ਵਿਲ ਹੋਈ ਹੁੰਦੀ ਹੈ ਜਿਹਦੇ ਫੇਵਰ 'ਚ ਹੋਈ ਹੁੰਦੀ ਹੈ ਉਹਦੇ ਹੱਕ 'ਚ ਜਾਣਦੇ ਹੁੰਦੇ ਆ ਬਟ ਜੇ ਫਿਰ ਹੋਈ ਉਹ ਆਪਣੀ ਆਪਣਾ ਪੁਸ਼ਤੈਨੀ ਜ਼ਮੀਨ ਹੈਗੀ ਆ ਪੁਸ਼ਤੈਨੀ ਪ੍ਰੋਪਰਟੀ ਹੈਗੀ ਹੈ ਉਹਦੇ ਵਾਸਤੇ ਤੁਸੀਂ ਆਪਣੇ ਬੇਸ 'ਤੇ ਹੀ ਕਿਸੇ ਇੱਕ ਬੰਦੇ ਨੂੰ ਵਿਲ ਕਰਕੇ ਨਹੀਂ ਦੇ ਸਕਦੇ ਕਿਉਂਕਿ ਦੂਜੇ ਬੰਦੇ ਦੀ ਇੰਟਾਈਟਲਮੈਂਟ ਉਸ 'ਚ ਬਣੇਗੀ ਬਣੇਗੀ ਚਾਹੇ ਮੁੰਡਾ ਹੈ ਚਾਹੇ ਕੁੜੀ ਹੈ ਉਹ ਆਪਣੀ ਇੰਟਾਈਟਲਮੈਂਟ ਕਲੇਮ ਕਰ ਸਕਦੀ ਹੈ ਔਨ ਦਾ ਬਿਹਾਫ ਆਫ ਕਿ ਮੇਰੇ ਇਹ ਦਾਦੇ ਦੀ ਪ੍ਰੋਪਰਟੀ ਹੈ ਪੜਦਾਦੇ ਦੀ ਪ੍ਰੋਪਰਟੀ ਹੈ ਓਕੇ ਸੋ ਲਾਈਕ ਜੇਕਰ GPA ਵਗੈਰਾ ਵੀ ਹੋ ਗਈ ਹੈ ਫਿਰ ਕਲੇਮ ਕਰ ਸਕਦੇ ਆ ਹਨਾ ਹਾਂਜੀ 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 GPA ਵਿਲ ਆਲਮੋਸਟ ਸੇਮ ਚੀਜ਼ਾਂ ਹੀ ਹੁੰਦੀਆਂ ਨੇ ਅਤੇ ਬਟ ਇਹ ਕਿ ਉਹਨੂੰ ਥੋੜ੍ਹਾ ਈਜ਼ੀ ਕੀਤਾ ਹੁੰਦਾ ਬਿਲਕੁਲ ਯਾਨੀ ਕਿ ਜੇ GPA ਹੋ ਗਈ ਹੈ ਦੂਸਰੀ ਬਿੱਲ ਰਜਿਸਟਰ ਵੀ ਹੋ ਗਈ ਆ ਪਰ ਫਿਰ ਵੀ ਦੂਸਰੇ ਬੰਦੇ ਨੇ ਪਹਿਲੀ ਬਿੱਲ ਦੇ ਹਿਸਾਬ ਦੇ ਨਾਲ ਕੋਈ ਪ੍ਰੋਪਰਟੀ ਸੇਲ ਕਰ ਦਿੱਤੀ ਹੈ ਬਾਈ ਚਾਂਸ ਅਤੇ ਉੱਥੇ ਕੇਸ ਹੋ ਸਕਦਾ ਸੋ ਇਹਦਾ ਜਵਾਬ ਮੈਂ ਲਵਾਂਗੀ ਸਰ ਪਹਿਲਾਂ ਨਾ ਕਾਲਰ ਲੈ ਲੈਂਦੇ ਆਪਾਂ ਹੈਲੋ ਨਮਸਕਾਰ ਜੀ ਹਾਂਜੀ ਨਮਸਕਾਰ ਜੀ ਕੌਣ ਗੱਲ ਕਰ ਰਹੇ ਹੋ ਕੀ ਸਵਾਲ ਹੈ ਮੈਂ ਗੱਲ ਕਰਨਾ ਚਾਹੁੰਦਾ ਜੀ ਅਸਨਾਲਾ ਸਿੰਘ ਸਮੇਰਾ ਮੈਂ ਅਮਰੀਕਾ ਜਾ ਜੀ ਹਾਂਜੀ ਕਰ ਪਹਿਲਾਂ ਜੀ ਟੀਵੀ ਦੀ ਆਵਾਜ਼ ਘਟਾ ਲਓ ਪਲੀਜ਼ ਫਰਵਰੀ ਚ ਆ ਰਹੀ ਹੈ ਅੱਛਾ ਜੀ ਤੇ ਉਹ ਮੈਂ ਇੱਥੇ ਬੈਠਾ ਕਰਵਾ ਸਕਦਾ ਕਿ ਨਹੀਂ ਕਰਵਾ ਸਕਦਾ ਅਸਲਾ ਜਮਾ ਜੀ ਮੇਰਾ ਨਹੀਂ ਅਸਲਾ ਜਮ੍ਹਾਂ ਹੈਗਾ ਥਾਣੇ 'ਚ ਅਤੇ ਦੇਖੋ ਇਹਦੇ ਬਾਰੇ ਆਰਮ ਫੈਕਟ ਬਾਰੇ ਮੈਨੂੰ ਇਹ ਕਲੀਅਰ ਨਹੀਂ ਕਿ ਤੁਸੀਂ ਉੱਥੇ ਬੈਠ ਕੇ ਕਰਵਾ ਸਕਦੇ ਹੋ ਕਿ ਨਹੀਂ ਕਰਵਾ ਸਕਦੇ ਕਿਉਂਕਿ ਆਰਮ ਫੈਕਟ ਬਾਰੇ ਤੁਹਾਨੂੰ ਇੱਥੇ ਹੀ ਆਉਣਾ ਪੈਂਦਾ ਬੇਸਿਕਲੀ ਜੋ ਨੋਰਮਲ ਪ੍ਰੋਸੈਸ ਹੈਗਾ ਰੂਟੀਨ ਪ੍ਰੋਸੈਸ ਜੋ ਹੈ ਕਿ ਤੁਹਾਨੂੰ ਇੱਥੇ ਆ ਕੇ ਰਿਨਿਊ ਕਰਾਉਣਾ ਪੈਂਦਾ ਪਰ ਅਦਰਵਾਈਜ਼ ਜੇ ਤੁਹਾਡਾ ਥਾਣੇ ਵਿੱਚ ਜਮ੍ਹਾਂ ਹੈਗਾ ਹੀ ਹੈ ਸੋ ਮੈਂ ਤਾਂ ਇਹ ਸੁਜੈਸਟ ਕਰੂੰਗਾ ਵੀ ਜੇ ਥਾਣੇ ਜਮ੍ਹਾਂ ਹੈਗੇ ਆ ਤੁਹਾਡੇ ਕੋਲ ਲਾਇਸੈਂਸ ਤੁਹਾਡਾ ਐਕਸਪਾਇਰ ਵੀ ਹੋ ਜਾਂਦਾ ਹੈ ਤਾਂ ਉਹ ਕੋਈ ਮੈਟਰ ਨਹੀਂ ਕਰਦਾ ਕਿਉਂਕਿ ਤੁਸੀਂ ਆਲਰੇਡੀ ਬਾਹਰ ਹੈਗੇ ਹੋ ਜਦੋਂ ਤੁਸੀਂ ਵਾਪਿਸ ਆਓਗੇ ਜਦੋਂ ਵੀ ਆਉਣਾ ਹੋਏਗਾ
ਆਕੇ ਤੁਸੀਂ ਇੱਕ ਐਪਲੀਕੇਸ਼ਨ ਫਾਈਲ ਕਰਕੇ ਰਿਨਿਊਵਲ ਦੀ ਐਪਲੀਕੇਸ਼ਨ ਦਿਓਗੇ ਤਾਂ ਡਿਲੇ ਦੀ ਵਿੱਚ ਰੀਜ਼ਨ ਵਿੱਚ ਪਾ ਸਕਦੇ ਹੋ ਕਿ ਮੈਂ ਆਊਟ ਆਫ ਕੰਟਰੀ ਸੀਗਾ ਤੇ ਇਸ ਟਾਈਮ ਤੱਕ ਤਾਂ ਕਰਕੇ ਮੈਨੂੰ ਰਿਨਿਊ ਨਹੀਂ ਕਰਾ ਸਕਿਆ ਤਾਂ ਤੁਹਾਡਾ ਈਜ਼ੀਲੀ ਮਾਮੂਲੀ ਜੀ ਕੋਈ ਪੈਨਲਟੀ ਲਗਾ ਕੇ ਉਹ ਉਹਨੂੰ ਰਿਨਿਊ ਕਰ ਦੇਣਗੇ, ਕੋਈ ਉਸ 'ਚ ਬੜੀ ਪ੍ਰੋਬਲਮ ਨਹੀਂ ਆਏਗੀ ਕਿਉਂਕਿ ਆਲਰੇਡੀ ਤੁਹਾਡਾ ਫਿਲਹਾਲ ਜਮ੍ਹਾਂ ਹੈ। ਜੇ ਤੱਕ ਘਰ ਰੱਖਿਆ ਹੁੰਦਾ ਫਿਰ ਡਿਸਪਿਊਟ ਹੁੰਦਾ ਕਿਉਂਕਿ ਕੱਲ ਨੂੰ ਕੋਈ ਸ਼ਿਕਾਇਤ ਕਰ ਦਿੰਦਾ ਤਾਂ ਕਿਤੇ ਇਲੀਗਲ ਵੈਪਨ ਡਿਕਲੇਅਰ ਹੋ ਜਾਂਦਾ ਉਹ, ਪਰ ਜੇ ਥਾਣੇ 'ਚ ਜਮ੍ਹਾਂ ਹੈਗਾ ਤਾਂ ਫਿਰ ਉਸ 'ਚ ਕੋਈ ਇਲੀਗਲ ਵੈਪਨ ਦੀ ਗੱਲ ਨਹੀਂ ਆਉਂਦੀ, ਤੁਸੀਂ ਉਹਨੂੰ ਜਦੋਂ ਵੀ ਵਿਜ਼ਿਟ ਕਰੋਗੇ ਤਾਂ ਤੁਸੀਂ ਉਸ ਟਾਈਮ ਵੀ ਰਿਨਿਊ ਕਰਵਾ ਸਕਦੇ ਹੋ। ਨਹੀਂ ਤੁਸੀਂ ਅਦਰਵਾਈਜ਼ ਮੇਲ ਪਾਣੀ ਤੁਸੀਂ ਕਨਫਰਮਡ ਐਸ ਐਸ ਪੀ ਨੂੰ ਮੇਲ ਪਾ ਸਕਦੇ ਹੋ ਕਿ ਮੇਰਾ ਫਲਾਣੇ ਜਗ੍ਹਾ 'ਚ ਅਸਲਾ ਜਮ੍ਹਾਂ ਹੈਗਾ, ਬਟ ਫੋਰ ਦਾ ਟਾਈਮਿੰਗ ਮੈਂ ਹਾਲੇ ਆ ਨਹੀਂ ਸਕਦਾ ਅਤੇ ਇਸ ਕਰਕੇ ਵੀ ਉਹਦੀ ਇਹ ਐਕਸਪਾਇਰੀ ਡੇਟ ਹੈਗੀ ਹੈ ਅਤੇ ਇਹਨੂੰ ਲੇਟਰ ਔਨ ਫਿਰ ਜਦੋਂ ਮੈਂ ਆਊਂਗਾ ਤਾਂ ਉਸ ਟਾਈਮ ਮੈਂ ਇਹਨੂੰ ਰਿਨਿਊ ਕਰਵਾ ਲੂੰਗਾ ਅਤੇ ਜੇ ਪਾ ਵੀ ਦਊਂਗੇ ਕੋਈ ਫਰਕ ਨਹੀਂ ਹੈਗਾ, ਅਦਰਵਾਈਜ਼ ਤੁਸੀਂ ਆ ਕੇ ਵੀ ਕਰ ਲਉਂਗੇ ਤਾਂ ਕੋਈ ਇੰਨਾ ਨੁਕਸਾਨ ਨਹੀਂ ਹੋਏਗਾ ਉਹਦਾ ਕਿਉਂਕਿ ਅਸਲਾ ਜਮ੍ਹਾਂ ਹੈਗਾ ਤੁਹਾਡੇ ਪੋਜੈਸ਼ਨ 'ਚ ਨਹੀਂ ਹੈ। ਇੰਡੀਆ ਦੇ ਵਿੱਚ ਮੇਰੇ ਰਿਲੇਟਿਵ ਉਹ ਪਾ ਦੇਣਗੇ ਆਪਦੇ ਨੂੰ ਪਾ ਸਕਦੇ? ਨਹੀਂ ਮੈਨੂੰ ਇਹਦੇ ਬਾਰੇ ਫਰੈਂਕਲੀ ਇੰਨਾ ਆਈਡੀਆ ਨਹੀਂ ਹੈ ਕਿਉਂਕਿ ਇਹ ਕੋਰਟ ਦੀ ਜੁਡੀਸ਼ਨ ਦਾ ਮਾਮਲਾ ਨਹੀਂ ਹੈਗਾ, ਇਹ ਆਮ ਫੈਕਟਰ ਕਿਉਂਕਿ ਮੇਰੇ ਕੋਲ ਖੁਦ ਕੋਲ ਹੈ ਇਸ ਕਰਕੇ ਮੈਂ ਤਾਂ ਕਰਕੇ ਮੈਨੂੰ ਥੋੜ੍ਹਾ ਆਈਡੀਆ ਹੈਗਾ ਇਹਦਾ ਲਾਇਸੈਂਸ ਰਿਨਿਊਵਲ ਦਾ, ਅਦਰਵਾਈਜ਼ ਇਹ ਕੋਰਟ ਜੁਡੀਸ਼ਨ 'ਚ ਸਾਡੇ ਲੀਗਲ ਪ੍ਰੋਸੈਸ 'ਚ ਨਹੀਂ ਆਉਂਦਾ, ਇਹ ਸੈਪਰੇਟ ਹੈ ਬੇਸਿਕਲੀ ਉਸ ਤੋਂ, ਉਹ ਤਾਂ ਪਰਸਨਲ ਐਕਸਪੀਰੀਅੰਸ ਕਰਕੇ ਮੈਨੂੰ ਥੋੜਾ ਆਈਡੀਆ ਹੈ ਉਹਦਾ। ਜੀ ਐਕਚੁਅਲੀ ਇਹ ਥੋੜਾ ਆਪਾਂ ਕਹਿ ਸਕਦੇ ਆ ਕਿ ਥਾਣੇ ਦਾ ਮਾਮਲਾ ਹੈ, ਤੁਸੀਂ ਉੱਥੇ ਜਿਹੜੀ ਮੇਲ, ਇੱਥੇ ਕੋਈ ਰਿਐਲਿਟੀ ਹੈ ਮੇਰੇ ਖਿਆਲ 'ਚ ਮੇਲ ਪਾ ਸਕਦੇ ਨੇ ਅੱਗੇ, ਉਹ ਜਿੱਦਾਂ ਵੀ ਤੁਹਾਨੂੰ ਸਲਾਹ ਮਿਲੇਗੀ। ਉਹ ਤਾਂ ਤੁਸੀਂ ਜਦੋਂ ਆਓਗੇ ਵੀ ਆ ਕੇ ਵੀ ਤੁਸੀਂ ਕਰ ਲਓਗੇ, ਉਹ ਮੈਟਰ ਨਹੀਂ ਕਰਦਾ, ਮਾਮੂਲੀ ਜੀ ਜਿਹੜੀ ਲੇਟ ਫੀਸ ਹੋਏਗੀ। ਜੇ ਘਰੇ ਹੁੰਦਾ ਫਿਰ ਦਿੱਕਤ ਹੁੰਦੀ, ਫਿਰ ਉਹ ਇਲੀਗਲ ਡਿਕਲੇਅਰ ਹੋ ਜਾਂਦਾ, ਹੁਣ ਥਾਣੇ 'ਚ ਹੈਗਾ, ਥਾਣੇ 'ਚ ਮੀਨ ਤੁਸੀਂ ਆਪ ਜਮ੍ਹਾਂ ਕਰਾਇਆ ਅਤੇ ਤੁਸੀਂ ਉਹਨੂੰ ਕਢਵਾ ਸਕਦੇ ਹੋ, ਤੁਹਾਨੂੰ ਪਰਚੀ ਮਿਲੀ ਹੋਏਗੀ ਥਾਣੇ ਤੋਂ ਵੀ ਹਾਂ ਵੀ ਅਸਲਾ ਤੁਹਾਡਾ ਜਮ੍ਹਾਂ ਹੋਇਆ ਹੋਇਆ, ਤੁਸੀਂ ਉਹ ਰਸੀਦ ਦਿਖਾ ਕੇ ਆਪਣਾ ਕਰਵਾ ਸਕਦੇ ਹੋ। ਬਿਲਕੁਲ ਜੀ ਬਿਲਕੁਲ, ਸੋ ਥੈਂਕ ਯੂ ਸੋ ਮਚ ਜੀ। ਅੱਛਾ ਸਰ, ਜਿਵੇਂ ਕਿ ਹੁਣ ਅਸੀਂ ਦੇਖੀਏ ਕਿ ਰੀਅਲ ਅਸਟੇਟ ਦੀ ਜਿਹੜੀ ਮਾਰਕੀਟ ਹੈਗੀ ਹੈ ਉਹ ਕਾਫੀ ਜ਼ਿਆਦਾ ਸਲੋ ਡਾਊਨ ਚੱਲ ਰਹੀ ਹੈਗੀ ਹੈ, ਪਰ ਬਹੁਤ ਸਾਰੇ ਐਨ ਆਰ ਆਈਜ਼ ਨੇ ਆਲਰੇਡੀ ਇਨਵੈਸਟ ਕਰ ਚੁੱਕੇ ਨੇ, ਹੈ ਨਾ, ਅਤੇ ਹੁਣ ਉਹ ਜੇਕਰ ਬਾਈ ਚਾਂਸ ਪ੍ਰੋਪਰਟੀਜ਼ ਨੂੰ ਸੇਲ ਕਰਨਾ ਚਾਹੁੰਦੇ ਨੇ, ਕਿੰਨੀ ਕੁ ਦੇਰ ਦੇ ਬਾਅਦ ਉਹ ਇਸ ਨੂੰ ਸੇਲ ਕਰ ਸਕਦੇ ਨੇ, ਖਰੀਦਣ ਤੋਂ ਕਿੰਨੀ ਦੇਰ ਬਾਅਦ ਤੱਕ? ਦੇਖੋ ਪ੍ਰੋਪਰਟੀ ਸਲੋ ਡਾਊਨ ਤਾਂ ਹੈਗੀ ਹੈ, ਦੇਖੋ ਐਨ ਆਰ ਆਈਜ਼ ਦੇ ਪਿੱਛੇ ਕੁਛ ਅਮੈਂਡਮੈਂਟ ਹੋਈ ਸੀਗੀ ਕਿ ਐਨ ਆਰ ਆਈਜ਼ ਬੇਸਿਕਲੀ ਜਿਹੜੇ ਸਿਟੀਜ਼ਨ ਨੇ, ਹੁਣ ਦੋ ਤਰ੍ਹਾਂ ਦੇ ਐਨ ਆਰ ਆਈਜ਼ ਨੇ, ਇੱਕ ਤਾਂ ਪੀ ਆਰ ਹੈਗੇ ਨੇ ਉੱਥੇ ਬਟ ਸਿਟੀਜ਼ਨ ਇੰਡੀਅਨ ਨੇ ਉਹ, ਅਤੇ ਉਹ ਤਾਂ ਖੈਰ ਈਵਨ ਐਗਰੀਕਲਚਰ ਲੈਂਡ ਆ ਉਹ ਕੋਈ ਵੀ ਪ੍ਰੋਪਰਟੀ ਪਰਚੇਜ ਕਰ ਸਕਦੇ ਹੈ, ਬਟ ਜਿਹੜੇ ਅਦਰਵਾਈਜ਼ ਜਿਹੜੇ ਦੂਜੇ ਸਿਟੀਜ਼ਨ ਨੇ ਉਹ ਫਿਰ ਉਹ ਕਮਰਸ਼ੀਅਲ ਪ੍ਰੋਪਰਟੀ ਜਾਂ ਰੈਜੀਡੈਂਸ਼ੀਅਲ ਪ੍ਰੋਪਰਟੀ ਕੁਛ ਹੱਦ ਤੱਕ ਪਰਚੇਜ ਕਰ ਸਕਦੇ, ਬਟ ਉਹ ਵੀ ਜਿਹੜੇ ਹੈਗੇ ਆ ਉਹ ਨੈਸ਼ਨਲ ਜਿਹੜੀ ਅਮਾਊਂਟ ਟ੍ਰਾਂਸਫਰ ਹੋਏਗਾ ਉਹ ਹੋਏਗਾ ਨੈਸ਼ਨਲ ਐਕਸਚੇਂਜ ਟ੍ਰੇਡ ਮੈਨੇਜਮੈਂਟ ਐਕਟ ਹੈ ਕੋਈ, ਉਹਦੇ ਤਹਿਤ ਹੁੰਦਾ ਉਹ, ਅਤੇ ਜਿਹੜੀ ਆਰ ਬੀ ਆਈ ਦੀ ਇੰਸਟਰਕਸ਼ਨਸ ਹੈਗੀਆਂ, ਆਰ ਬੀ ਆਈ ਦੇ ਇੰਸਟਰਕਸ਼ਨ ਨਾਲ ਟ੍ਰਾਂਸਫਰ ਹੁੰਦਾ ਉਹ ਅਮਾਊਂਟ, ਕਿਉਂਕਿ ਪੂਰੀ ਜੋ ਟ੍ਰਾਂਜੈਕਸ਼ਨ ਹੋਈ ਹੈ ਉਹਦੇ ਉੱਪਰ ਕਿੰਨੀ ਪੈਨਲਟੀ ਲੱਗਣੀ ਆ, ਕਿੰਨਾ ਟੈਕਸ ਲੱਗਣਾ, ਉਹ ਸਾਰਾ ਕੈਲਕੂਲੇਟ ਹੋ ਕੇ ਹੁੰਦਾ ਹੁੰਦਾ, ਬਟ ਇਹ ਕਿ ਹੁਣ ਜੋ ਮਾਰਕੀਟਸ ਲੋਕ ਮੋਸਟਲੀ ਐਨ ਆਰ ਆਈਜ਼ ਨੇ ਮੈਂ ਦੇਖਿਆ ਕਿ ਤਕਰੀਬਨ ਉਹ ਪ੍ਰੋਪਰਟੀ ਆਪਣੇ ਨਾਮ 'ਤੇ ਘੱਟ ਪਰਚੇਜ ਕਰਦੇ ਨੇ, ਜਿਹੜੇ ਇੱਥੇ ਉਹਨਾਂ ਨੇ ਲੋਕ ਰਹਿਣ ਵਾਲੇ ਹੈਗੇ ਨੇ ਉਹਨਾਂ ਦੇ ਨਾਮ 'ਤੇ ਜ਼ਿਆਦਾਤਰ ਪ੍ਰੋਪਰਟੀ ਪਰਚੇਜ ਹੁੰਦੀ ਹੈ, ਅਤੇ ਇਸ ਕਰਕੇ ਉਹੀ ਫਿਰ ਜੀ ਪੀ ਏ ਵਾਲੀ ਗੱਲ ਆਉਂਦੀ, ਜੇ ਆਪ ਵੀ ਆਪਣੇ ਨਾਂ 'ਤੇ ਵੀ ਉਹਨਾਂ ਨੇ ਪਰਚੇਜ ਕੀਤੀ ਹੋਈ ਹੈ ਤਾਂ ਜੇ ਉਹਨਾਂ ਨੇ ਫਿਰ ਉਹ ਫੇਲ ਕਰਨੀ ਹੈ, ਦੁਬਾਰਾ ਫੇਲ ਕਰਨੀ ਹੈ ਤਾਂ ਉਹੀ ਜੀ ਪੀ ਏ ਦਾ ਪ੍ਰੋਸੈਸ ਹੈਗਾ, ਬਟ ਇੱਕ ਮੈਂ ਰਾਏ ਜ਼ਰੂਰ ਦਊਂਗਾ ਕਿ ਐਨ ਆਰ ਆਈ ਜਦੋਂ ਵੀ ਇੱਥੇ ਪ੍ਰੋਪਰਟੀ ਪਰਚੇਜ ਕਰਨ ਤਾਂ ਐਟਲੀਸਟ ਉਹਦੀ ਇੱਕ ਤਰ੍ਹਾਂ ਦਾ ਰਜਿਸਟਰਡ ਡਾਕੂਮੈਂਟ ਜ਼ਰੂਰ ਬਣਾਉਣ, ਕਿਉਂਕਿ ਕੋਈ ਬਿਲਡਰ ਦੇ ਨਾਲ ਜਾਂ ਕੋਈ ਵੀ ਡਾਇਰੈਕਟ ਪਰਚੇਜ਼ ਕਰਦੇ ਕਿਸੇ ਤੋਂ, ਕਿਸੇ ਬਿਲਡਰ ਤੋਂ ਜਾਂ ਕਿਸੇ ਨਾ ਕਿਸੇ ਕੋਲੋਨਾਈਜ਼ਰ ਤੋਂ, ਤਾਂ ਉਹਨਾਂ ਨਾਲ ਇੱਕ ਰਜਿਸਟਰਡ ਡਾਕੂਮੈਂਟ ਜ਼ਰੂਰ ਬਣਾਉਣ ਤਾਂ ਕਿ ਕੋਈ ਉਹਨਾਂ ਨਾਲ ਫਰੌਡ ਨਾ ਹੋਵੇ, ਪ੍ਰੋਪਰਟੀ ਆਇਡੈਂਟੀਫਿਕੇਸ਼ਨ ਜ਼ਰੂਰ ਕਰਨ ਅਤੇ ਪ੍ਰੋਜੈਕਟ ਆਇਡੈਂਟੀਫਿਕੇਸ਼ਨ ਜ਼ਰੂਰ ਕਰਨ ਕਿ ਪ੍ਰੋਜੈਕਟ ਉਹ ਜੇ ਵੱਡਾ ਪ੍ਰੋਜੈਕਟ ਹੈ ਤਾਂ ਔਨਲਾਈਨ ਪਤਾ ਲੱਗ ਜਾਂਦਾ ਸਾਨੂੰ ਵੀ ਉਹਨੂੰ ਸੀ ਐਲ ਯੂ ਮਿਲਿਆ ਹੋਇਆ ਨਹੀਂ ਹੈਗਾ, ਕਿਉਂਕਿ ਅੱਜ ਕੱਲ੍ਹ ਤਾਂ ਖੈਰ ਰੇਰਾ ਲੋ ਆ ਗਿਆ ਹੈਗਾ ਅਤੇ ਬੜਾ ਸਟਰੋਂਗ ਲੋ ਹੈਗਾ, ਉਹ ਬੜਾ ਕੰਜ਼ਿਊਮਰ ਦੇ ਬੈਨੀਫਿਟ ਦਾ ਲੋ ਹੈਗਾ, ਬਟ ਫਿਰ ਵੀ ਪ੍ਰੋਜੈਕਟ ਨੂੰ ਪ੍ਰੋਪਰ ਤਰੀਕੇ ਨਾਲ ਵੈਰੀਫਾਈ ਕਰਕੇ ਕਾਹਲੀ ਨਾ ਕਰਨ, ਟਾਈਮ ਲੈ ਕੇ ਪ੍ਰੋਪਰ ਦੇਖਣ ਵੀ ਕਿਤੇ ਕੱਲ੍ਹ ਉਹਨਾਂ ਦਾ ਕੋਈ ਵੱਡਾ ਫਰੌਡ ਨਾ ਹੋ ਜੇ। ਜੀ ਅੱਛਾ, ਜਿਵੇਂ ਕਿ ਹੁਣ ਜੀ ਪੀ ਏ ਵੀ ਕਿਸੇ ਦੇ ਨਾਮ ਕਰ ਦਿੱਤੀ ਹੈ ਨਾ, ਪਰ ਇੱਕ ਹਿਸਾਬ ਦੀ ਫੁੱਲ ਪਾਵਰ ਚਲੀ ਜਾਂਦੀ ਹੈ ਅਗਲੇ ਬੰਦੇ ਕੋਲ, ਬਾਈ ਚਾਂਸ ਜੀ ਪੀ ਏ ਦੇ ਜ਼ਰੀਏ ਉਹ ਬੰਦਾ ਫਰੌਡ ਕਰ ਜਾਵੇ ਅਤੇ ਉਸ ਤੋਂ ਬਾਅਦ ਕਿੱਦਾਂ ਦੀ ਕਾਰਵਾਈ ਕੀਤੀ ਜਾ ਸਕਦੀ ਹੈ ਉਸ 'ਤੇ? ਦੇਖੋ ਜੀ ਪੀ ਏ 'ਚ ਬੇਸਿਕਲੀ ਫੁੱਲ ਰਾਈਟ ਹੁੰਦੇ ਪ੍ਰੋਪਰਟੀ ਸੇਲ ਕਰਨ ਦੇ, ਜੀ ਪੀ ਏ ਮੋਸਟਲੀ ਬੰਦਾ ਉਹ ਕਰਦਾ ਕਿ ਆਪਣਾ ਕੋਈ ਖਾਸ ਜਾਣਕਾਰ ਹੋਵੇ ਜਾਂ ਉਹਨੂੰ ਪ੍ਰੋਫਾਸ ਪ੍ਰੂਵ ਕਰੋ ਮੈਂ ਬਾਹਰ ਹੈ, ਅਤੇ ਮੈਂ ਮਤਲਬ ਮੈਂ ਜਿੱਦਾਂ ਉਹਨਾਂ ਨੇ ਗੱਲ ਹੋਈ ਸੀਗੀ ਵੀ ਡਾਇਰੈਕਟ ਜੀ ਪੀ ਏ ਹੀ ਨਾ ਕਰ ਨਾਂ 'ਤੇ ਨਾ ਕਰਨ, ਕਿਉਂਕਿ ਮੋਸਟਲੀ ਐਨ ਆਰ ਆਈ ਨੂੰ ਇੱਕ ਗੱਲ ਹੁੰਦੀ ਹੈ ਕਿ ਵੀ ਜਨਰਲ ਪਾਵਰ ਟੋਰਨਿੰਗ ਕਰ ਜਾਓ ਅਤੇ ਸਾਡੀ ਪ੍ਰੋਪਰਟੀ ਸਿਕਿਓਰ ਹੈ, ਜੇ ਉਹਨਾਂ ਨੂੰ 1% ਵੀ ਸ਼ੰਕਾ ਹੈਗੀ ਹੈ ਤਾਂ ਐਫ ਪੀ ਏ ਕਰਕੇ ਜਾਣ, ਸਪੈਸ਼ਲ ਪਾਵਰ ਟੋਰਨਿੰਗ ਕਰਕੇ ਜਾਣ, ਆਮ ਮੁਖਤਿਆਰਨਾਮਾ ਜਿਹਨੂੰ ਕਹਿੰਦੇ ਆਪਾਂ,
ਤੇ ਉਹ ਉਹਦੇ ਨਾਲ ਫਿਰ ਬੜਾ ਮੁਸ਼ਕਿਲ ਹੁੰਦਾ ਕਿ ਉਹ ਤੋਂ ਰਿਕਵਰੀ ਕਰਨਾ ਜਾਂ ਉਸ ਤੋਂ ਪੈਸੇ ਲੈਣਾ, ਕੋਈ ਕੱਲ੍ਹ ਨੂੰ ਅਗਲਾ ਕਲੇਮ ਕਰਦਾ ਜੀ ਮੈਂ ਤਾਂ ਖਰੀਦੀ ਸੀਗੀ ਅਤੇ ਤੁਸੀਂ ਉਹਦੇ ਵਾਸਤੇ ਕੁਛ ਕਹਿ ਨਹੀਂ ਸਕਦੇ, ਕੁਛ ਕਰ ਨਹੀਂ ਸਕਦੇ ਉਹਦੇ ਅਗੇਂਸਟ, ਤੁਸੀਂ NRI ਥਾਣੇ ਕੰਪਲੇਂਟ ਕਰ ਦੋਗੇ, ਕੇਸ ਫਾਈਲ ਰਿਕਵਰੀ ਦਾ ਕੇਸ ਫਾਈਲ ਕਰ ਦੋਗੇ, ਤਾਂ ਇਸ ਲੌਂਗ ਡਿਸਪਿਊਟ ਜਿਹੜੇ ਹੈਗੇ ਆ, ਲੰਬੇ ਟਾਈਮ ਗੇਨ ਕਰਨ ਵਾਲੇ ਡਿਸਪਿਊਟ ਜਿਹੜੇ ਆ ਉਹ ਕ੍ਰੀਏਟ ਹੋ ਜਾਂਦੇ ਆ। ਤਾਂ ਮੇਰੀ ਐਡਵਾਈਸ ਹੋਏਗੀ ਆਪਾਂ ਬੇਸਿਕਲੀ ਤੁਸੀਂ ਸਪੈਸ਼ਲ ਪਾਵਰ ਟੋਰਨ ਹੀ ਕਰੋ ਇਨਸਪਾਈਟ ਆਫ ਕਿ ਤੁਸੀਂ GPA ਕਰੋ। ਬਿਲਕੁਲ, ਅਤੇ ਪਰ ਜਦੋਂ ਫਿਰ ਪ੍ਰੋਪਰਟੀ ਸੇਲ ਕਰਨੀ ਹੋਵੇ, ਨਹੀਂ ਕੋਈ ਆ ਸਕਦਾ, ਅਤੇ ਫਿਰ ਉਸ ਟਾਈਮ ਕੋਈ ਨਾ ਕੋਈ ਪਾਵਰ, ਇੰਸਟੈਂਟ ਪਾਵਰ ਦਿੱਤੀ ਜਾ ਸਕਦੀ ਹੈ? ਉਹ ਤਾਂ ਸਿੰਪਲ ਪ੍ਰੋਸੈਸ ਹੈਗਾ, ਉਹ ਤਾਂ ਹਾਰਡਲੀ, ਦੇਖੋ ਇੱਕ ਪ੍ਰੋਸੈਸ ਪ੍ਰੋਪਰਟੀ ਵੇਚਣ ਦਾ ਇੱਕ ਪ੍ਰੋਸੈਸ ਹੁੰਦਾ ਹੈ। ਤੁਸੀਂ ਕਿਸੇ ਨਾਲ ਕੋਈ ਡੀਲ ਕਰੋਗੇ, ਪਹਿਲਾਂ ਉਹਦੇ ਨਾਲ ਟੋਕਨ ਅਮਾਊਂਟ ਕਰੋਗੇ, ਫਿਰ ਉਹਦੇ ਨਾਲ ਬਿਆਨਾ ਅਮਾਊਂਟ ਕਰੋਗੇ, ਫਿਰ ਰਜਿਸਟਰੀ ਹੁੰਦੀ ਹੈ। ਕਿਉਂਕਿ ਜੋ ਵੀ ਟਾਈਮ ਹੁੰਦਾ ਹੈ, ਮਹੀਨੇ, ਦੋ ਮਹੀਨੇ, ਤਿੰਨ ਮਹੀਨੇ ਦਾ ਟਾਈਮ ਤਾਂ ਹੁੰਦਾ ਹੀ ਹੈ, ਅਤੇ ਇੱਕ GPA ਜਿਹੜੀ ਬਾਹਰੋਂ ਬਣ ਕੇ ਆਉਂਦੀ ਹੈ ਅਤੇ ਉਹਨੂੰ ਹਾਰਡਲੀ ਮੇਰੇ ਖਿਆਲ 15 ਦਿਨ ਵੀ ਲੱਗਦੇ ਇੰਡੀਆ 'ਚ ਪਹੁੰਚਣ ਨੂੰ, ਅਤੇ ਜਿਹੜੀ ਇੰਡੀਆ ਜਾ ਕੇ ਇੰਡੋਰਸਮੈਂਟ ਹੋਣੀ ਹੁੰਦੀ ਹੈ ਉਹਨੂੰ 1 ਦਿਨ ਵੀ ਨਹੀਂ ਲੱਗਦਾ। ਅਤੇ ਤੁਸੀਂ ਉੱਥੋਂ ਬਣਾਉਣੀ ਹੈ, ਬਣਾ ਕੇ ਇੰਡੀਅਨ ਅੰਬੈਸੀ ਤੋਂ ਇੰਡੋਰਸ ਕਰਵਾ ਕੇ ਇੱਥੇ ਪੋਸਟ ਕਰ ਦੇਣੀ ਹੈ, ਬਾਈਪੋ ਸੈਂਡ ਕਰ ਦੇਣੀ ਹੈ, ਅਤੇ ਇੱਥੋਂ ਫਿਰ ਜਿਹੜਾ ਕੰਸਰਨ ਡਿਪਾਰਟਮੈਂਟ ਜਿਹੜਾ ਹੈਗਾ, ਜਿੱਥੇ ਤੁਸੀਂ ਜਿਹੜੇ ਬੰਦੇ ਨੂੰ ਦਿੱਤੀ ਹੈ, ਜਿਸ ਏਰੀਆ ਦਾ ਰਹਿਣ ਵਾਲਾ ਹੈ, ਉੱਥੇ ਸਬ ਰਜਿਸਟਰ ਕੋਲ ਜਾ ਕੇ ਉਹਨੇ ਸੇਮ ਡੇ ਉਹ ਰਜਿਸਟਰ ਹੋ ਜਾਂਦੀ ਹੈ। ਰਜਿਸਟਰ ਹੋ ਕੇ ਤੁਸੀਂ ਵੈਰੀ ਆਪਣਾ ਜਿਹਨੂੰ ਕਹਿੰਦੇ ਆ ਰਜਿਸਟਰੇਸ਼ਨ ਬਾਅਦ ਇਮੀਡੀਏਟ ਨੈਕਸਟ ਡੇ ਜਿਹੜਾ ਹੈ, ਤੁਸੀਂ ਉਸ ਉਹਦੇ ਬਿਹਾਫ 'ਤੇ ਫੇਲ ਕਰ ਸਕਦੇ ਹੋ ਜੀ। ਅੱਛਾ ਸਰ, ਜਿਵੇਂ ਮੈਂ ਪਹਿਲਾਂ ਥੋੜ੍ਹਾ ਮੈਰਿਜ ਵਾਲੇ ਸਵਾਲ ਪੁੱਛੇ ਸੀਗੇ ਤੁਹਾਡੇ ਕੋਲੋਂ, ਸੋ ਉਹ ਜਿੱਦਾਂ ਤੁਸੀਂ ਇਹ ਤਾਂ ਦੱਸ ਦਿੱਤਾ, ਕਲੀਅਰ ਕਰਤਾ ਕਿ ਡਿਸਪਿਊਟ ਚਾਹੇ 10 ਸਾਲ ਵੀ ਤੁਸੀਂ ਨਾਲ ਰਹੇ ਹੋ, 15 ਸਾਲ ਵੀ ਰਹੇ ਹੋ, ਤਾਂ ਵੀ ਮੈਂਟੇਨੈਂਸ ਦਾ ਜਿਹੜਾ ਕੇਸ ਪਾਇਆ ਜਾ ਸਕਦਾ ਹੈਗਾ ਆ, ਪਰ ਇਹ ਕੇਸ ਕਾਫੀ ਜ਼ਿਆਦਾ ਕਈ ਵਾਰੀ ਲੰਬੇ ਚਲੇ ਜਾਂਦੇ ਨੇ, ਸੋ ਕਿੰਨੀ ਕੁ ਦੇਰ ਦੇ ਵਿੱਚ ਇਹ ਕਾਰਵਾਈ ਪ੍ਰੋਪਰ ਆਪਾਂ ਕਹਿ ਸਕਦੇ ਕਿ ਕੇਸ ਨੂੰ ਖਤਮ ਕੀਤਾ ਜਾ ਸਕਦਾ? ਨਹੀਂ ਦੇਖੋ, ਜਿਹੜੇ ਤਾਂ ਹੁਣ NRI ਦੇ ਮੈਰਿਜ ਡਿਸਪਿਊਟਸ ਆਉਂਦੇ ਆ, ਅਤੇ ਅਨਫੋਰਚੁਨੇਟਲੀ ਮੈਨੂੰ ਕਹਿਣਾ ਪਊਗਾ ਕਿ ਉਸ 'ਚ ਪਹਿਲਾਂ ਤਾਂ ਟਰੇਸ ਹੀ ਨਹੀਂ ਬਹੁਤ ਔਖੇ ਹੁੰਦੇ ਆ। ਪੁਲਿਸ ਦੀ ਕਾਰਵਾਈ ਤਦ ਅੱਗੇ ਚੱਲਦੀ ਜਦ ਬੰਦਾ ਟਰੇਸ ਹੁੰਦਾ, ਅਤੇ ਨਹੀਂ ਅਦਰਵਾਈਜ਼ ਕੀ ਕਰਦੀ ਹੈ, ਪੁਲਿਸ ਆਪਣੇ ਕਾਗਜ਼ਾਂ 'ਚ ਲੇਟਰ ਔਨ ਨੂੰ PO ਡਿਕਲੇਅਰ ਕਰ ਦਿੰਦੀ ਹੈ ਕਿ ਜੀ ਬੰਦਾ ਭਗੌੜਾ ਹੋ ਗਿਆ, ਮਿਲ ਨਹੀਂ ਰਿਹਾ ਹੈਗਾ। ਤੁਸੀਂ ਜਾ ਕੇ ਫਿਰ ਏਅਰਪੋਰਟ 'ਤੇ ਜਾ ਕੇ ਲੈਟਰ ਦੇ ਦਿੰਦੇ ਹੋ ਵੀ ਜੇ ਇਨਕੇਸ ਇੰਡੀਆ ਆਉਂਦਾ ਤਾਂ ਫੜ ਲਿਓ, ਜੇ ਬੰਦਾ 10 ਸਾਲ ਨਾ ਆਇਆ ਤਾਂ ਪੁਲਿਸ ਕੁਛ ਕਰ ਨਹੀਂ ਸਕਦੀ, ਕਿਉਂਕਿ ਇਹ ਕੋਈ ਅੱਡਾ ਵੱਡਾ ਕ੍ਰਾਈਮ ਤਾਂ ਹੁੰਦਾ ਨਹੀਂ ਕਿ ਵੀ ਉਹਦੇ ਵਾਸਤੇ ਰੈੱਡ ਕਾਰਨਰ ਨੋਟਿਸ ਇਸ਼ੂ ਹੋਏਗਾ ਜਾਂ ਕੁਛ ਇੱਦਾਂ ਹੋਏਗਾ। ਸੋ ਉਹ ਡਿਪੈਂਡ ਕਰਦਾ ਕਿ ਉਹਦੀ ਬੇਸਿਕਲੀ, ਦੂਜਾ ਹੁੰਦਾ ਫੈਮਿਲੀ ਜਿਹੜੀ ਇੱਥੇ ਹੈਗੀ ਹੈ, ਫੈਮਿਲੀ ਨਾਲ ਇਨਵੋਲਵ ਹੁੰਦੀ ਹੈ, ਫੈਮਿਲੀ ਫਿਰ ਤੁਹਾਡੇ ਨਾਲ ਨੈਗੋਸ਼ੀਏਟ ਕਰਦੀ, ਤੁਹਾਡੇ ਨਾਲ ਗੱਲ ਕਰਦੀ ਹੈ। ਹਾਂ, ਜੇ ਸਾਰੇ ਟੱਬਰ, ਸਾਰੇ ਪਰਿਵਾਰ, ਮੁੰਡਾ ਵੀ, ਮੁੰਡੇ ਦੇ ਘਰ ਦੇ ਵੀ ਸਾਰੇ ਉੱਧਰ ਨੇ, ਫਿਰ ਥੋੜ੍ਹੀ ਜਿਹੀ ਇਹ ਚੀਜ਼ ਔਕੜਾ ਜ਼ਰੂਰ ਆਉਂਦੀ ਹੈ। ਅਤੇ ਬਟ ਇਹ ਫਿਰ ਡਿਪੈਂਡ ਕਰਦਾ ਕਿ ਤੁਸੀਂ ਕਿੰਨਾ ਕੁ ਐਕਸਟਰਨਲ ਅਫੇਅਰ ਮਿਨਿਸਟਰ ਨੂੰ ਜਾ ਕੇ ਮਿਲਦੇ ਹੋ, ਕਿੰਨਾ ਕੁ ਪੇਨ ਲੈਂਦੇ ਹੋ, ਉਹ ਡਿਪੈਂਡ ਕਰਦਾ ਗਵਰਨਮੈਂਟ ਅਥਾਰਟੀਜ਼ 'ਤੇ ਜੀ। ਅੱਛਾ ਸਰ, PO ਦੀ ਗੱਲ ਕੀਤੀ ਹੈਗੀ ਹੈ, ਵੈਸੇ ਨੋਰਮਲੀ ਕੋਈ ਵੀ ਕੇਸ ਹੁੰਦਾ ਕਿਤੇ ਨਾ ਕਿਤੇ ਉਹਦੇ ਸੋਲਵ ਹੋਣ ਦੀ ਕਿਤੇ ਨਾ ਕਿਤੇ ਉਮੀਦ ਹੁੰਦੀ ਹੈ, ਅੱਜ ਨਹੀਂ ਕੱਲ੍ਹ ਹੋ ਜਾਏਗਾ, ਪਰ ਜੇ ਬਾਈ ਚਾਂਸ ਕੋਈ PO ਹੋ ਗਿਆ, ਇਹਨੂੰ ਸੋਰਟ ਕੀਤਾ ਜਾ ਸਕਦਾ, ਇਹਦਾ ਕੋਈ ਤੋੜ ਹੈਗਾ ਜਾਂ ਫਿਰ ਖਤਮ ਨਹੀਂ ਹੋ ਸਕਦਾ ਵੀ? ਨਹੀਂ, ਇਹ ਤਾਂ ਦੇਖੋ ਕੰਪਰੋਮਾਈਜ਼ 'ਤੇ ਡਿਪੈਂਡ ਕਰਦਾ। ਹੁਣ PO ਹੁੰਦਾ ਜੇ ਪੁਲਿਸ ਦੀ ਫਾਈਲ 'ਚ PO ਹੁੰਦਾ, ਅਤੇ ਪੁਲਿਸ ਦੀ ਫਾਈਲ 'ਚ PO ਹੁੰਦਾ, ਜੇ ਨਹੀਂ ਆਇਆ ਪੁਲਿਸ ਕੇਸ ਹੋ ਗਿਆ, ਸਪੋਜ਼ ਦੈਟ ਤੁਹਾਡਾ ਕੰਪਰੋਮਾਈਜ਼ ਹੋ ਗਿਆ, ਮੈਟਰੀਮੋਨਲ ਡਿਸਪਿਊਟ ਹੈ, ਮੈਟਰੀਮੋਨਲ ਡਿਸਪਿਊਟ 'ਚ ਕੋਰਟਾਂ 'ਚ ਵੀ ਜਿਹੜੇ ਕੇਸ ਚੱਲਦੇ ਆ, ਮੋਰ ਦੈਨ 97-98% ਕੇਸ ਜਿਹੜੇ ਆ ਉਹ ਐਟ ਦੀ ਐਂਡ ਜਾ ਕੇ 2-4 ਸਾਲ, 5 ਸਾਲ, 10 ਸਾਲ ਜਾ ਕੇ ਬਾਅਦ 'ਚ ਸੈਟਲਮੈਂਟਸ ਹੁੰਦੇ ਉਹਨਾਂ 'ਚ। ਅਤੇ ਇਹਨਾਂ ਕੇਸਾਂ 'ਚ ਵੀ ਸੈਟਲਮੈਂਟ, ਮੋਸਟਲੀ ਸੈਟਲਮੈਂਟ ਹੁੰਦੀ ਹੈ, ਜਾਂ ਤਾਂ ਅਮਾਊਂਟ ਨੈਗੋਸ਼ੀਏਟ ਹੁੰਦਾ ਹੈ ਜਾਂ ਉਹਨਾਂ ਨੂੰ ਵਸਾਉਣ ਦੀ ਗੱਲ ਹੁੰਦੀ ਹੈ। ਤਾਂ ਉਹ ਤਾਂ ਫਿਰ ਜਦੋਂ ਇਨਕੇਸ PO ਕਰ ਵੀ ਦਿੱਤਾ ਪੁਲਿਸ ਨੇ, ਤੁਹਾਡਾ ਆਪਸ 'ਚ ਫੈਮਿਲੀ 'ਚ ਦਾ ਸੈਟਲਮੈਂਟ ਹੋ ਗਿਆ, ਜੋ ਅਮਾਊਂਟ ਡਿਸਕਸ਼ਨ ਹੋ ਗਈ, ਸਪੋਜ਼ ਕਰੋ ਥੋੜ੍ਹਾ ਬਿਲਕੁਲ ਟੁੱਟ ਟਾਈ ਹੋ ਗਈ, ਅਤੇ ਅਮਾਊਂਟ ਡਿਸਕਸ਼ਨ ਹੋ ਕੇ ਥੋੜ੍ਹਾ ਜੋ ਐਗਰੀਮੈਂਟ ਹੁੰਦਾ, ਉਹ ਤਾਂ ਤੁਸੀਂ ਜਾ ਕੇ ਹਾਈ ਕੋਰਟ ਕੁਐਸ਼ਨ ਪਾ ਸਕਦੇ ਹੋ ਕਿ ਜੀ ਸਾਡਾ ਵੀ ਆਲਰੇਡੀ ਸਾਰਾ ਹੋ ਚੁੱਕਿਆ, ਸਾਡਾ ਸੈਟਲਮੈਂਟ ਹੋ ਚੁੱਕਿਆ, ਅਤੇ ਉੱਥੇ ਜਾ ਕੇ ਉਹ ਆਪਣਾ ਡਾਇਰੈਕਸ਼ਨ ਦੇ ਕੇ ਕੋਰਟ 'ਚ ਬਿਆਨ ਦੇ ਕੇ ਤੁਹਾਡੀ FIR ਕੁਐਸ਼ ਹੋ ਸਕਦੀ ਹੈ, ਉਸ 'ਚ ਕੋਈ ਵੱਡੀ ਗੱਲ ਨਹੀਂ ਹੈਗੀ। ਅਤੇ ਉਹ ਡਿਪੈਂਡਸ ਅਪੋਨ ਦਾ ਸੈਟਲਮੈਂਟ ਵੀ, ਥੋੜ੍ਹਾ ਜਿਹਾ ਫੈਮਿਲੀ ਸੈਟਲਮੈਂਟ ਹੁੰਦਾ ਜੀ। ਅੱਛਾ, ਫੈਮਿਲੀ ਵਾਲੇ ਕੇਸਿਸ 'ਚ ਹੋ ਗਿਆ, ਪ੍ਰੋਪਰਟੀ ਵਾਲੇ ਕੇਸਿਸ 'ਚ ਕੋਈ PO ਹੈ ਤਾਂ ਵੀ ਹੈ ਤੋੜ ਉਹਦਾ? ਨਹੀਂ, ਪ੍ਰੋਪਰਟੀ ਵਾਲੇ ਕੇਸ 'ਚ ਤਾਂ ਸਿਵਲ ਡਿਸਪਿਊਟ ਹੈ, ਉਸ ਤਰ੍ਹਾਂ ਉਹੀ ਜੇ ਪ੍ਰੋਪਰਟੀ ਫਰੋਡ ਹੁੰਦਾ ਹੈ, ਪ੍ਰੋਪਰਟੀ ਫਰੋਡ 'ਚ, ਪ੍ਰੋਪਰਟੀ ਫਰੋਡ 'ਚ ਜਿਹੜੀ ਆ ਇਹ ਚੀਜ਼ਾਂ PO ਵਾਲੀ ਪ੍ਰੋਸੀਡਿੰਗਸ ਹੁੰਦੀਆਂ ਨੇ, ਬਟ ਜਿਹੜਾ ਪ੍ਰੋਪਰਟੀ ਡਿਸਪਿਊਟ ਹੈ ਉਹ ਸਿਵਲ ਡਿਸਪਿਊਟ 'ਚ ਆਉਂਦਾ ਹੈ, ਉਸ 'ਚ ਤਾਂ ਐਕਸ ਪਾਰਟੀ ਪ੍ਰੋਸੀਡਿੰਗਸ ਹੁੰਦੀਆਂ। ਸਪੋਜ਼ ਕਰੋ ਬੰਦਾ ਤੁਹਾਡੇ ਨਾਲ ਫਰੋਡ ਕਰ ਗਿਆ, ਤੁਸੀਂ ਕੇਸ ਫਾਈਲ ਕੀਤਾ ਅਤੇ ਬੰਦਾ ਆਇਆ ਨਹੀਂ ਮੌਕੇ 'ਤੇ, ਅਤੇ ਕੋਰਟ 'ਚ ਅਪੀਅਰ ਨਹੀਂ ਹੋਇਆ, ਉਹਦੇ ਅਗੇਂਸਟ ਐਕਸ ਪਾਰਟੀ ਡਿਗਰੀ ਹੋ ਗਈ, ਤੁਹਾਡੇ ਜਿਹੜੇ ਵੈਲਿਡ ਡਾਕੂਮੈਂਟ ਹੈਗੇ ਆ ਤਾਂ ਤੁਹਾਡੀ ਫੇਵਰ 'ਚ ਕੋਰਟ ਫੈਸਲਾ ਕਰ ਦਿੰਦੀ ਹੈ, ਉਸਦੇ ਬਿਹਾਫ 'ਤੇ ਤੁਸੀਂ ਫਿਰ ਐਗਜੀਕਿਊਸ਼ਨ ਫਾਈਲ ਕਰਕੇ ਉਸਦੇ ਬਿਹਾਫ 'ਤੇ ਤੁਸੀਂ ਜਾ ਕੇ ਉੱਥੇ ਆਪਣੀ ਪ੍ਰੋਪਰਟੀ ਦਾ ਕਬਜ਼ਾ ਲੈ ਸਕਦੇ ਹੋ, ਬਟ ਉਹ ਡਿਪੈਂਡ ਕਰਦਾ ਕਿ ਅੱਗੇ ਚੈਲੰਜ ਕਰਦਾ ਕਿ ਨਹੀਂ ਕਰਦਾ ਜੀ। ਬਾਈ ਚਾਂਸ ਸੈਟਲਮੈਂਟ ਹੋ ਗਈ, ਫਿਰ PO ਦਾ ਤੋੜ ਹੈ ਇਹ ਕੇਸਿਸ ਦੇ ਵਿੱਚ? ਕ੍ਰਿਮੀਨਲ ਕੇਸਿਸ 'ਚ ਹੈ, ਕ੍ਰਿਮੀਨਲ ਕੇਸਿਸ 'ਚ ਤੁਹਾਡੀ ਸੈਟਲਮੈਂਟ ਹੀ ਹੋ ਗਈ,
ਬਾਈ ਚਾਂਸ ਜਿਵੇਂ ਕਿ ਦੋ ਬੱਚੇ ਨੇ ਹਨਾ ਵੀ ਇੱਕ ਬੱਚੇ ਦੇ ਨਾਮ ਪ੍ਰਾਪਰਟੀ ਕਰਨੀ ਹੋਵੇ ਦੂਸਰਾ ਤੁਸੀਂ ਦੱਸਿਆ ਕਿ ਉਹਦਾ ਹੱਕ ਬਣਦਾ ਕਾਨੂੰਨੀ ਪਰ ਨਹੀਂ ਦੇਣੀ ਹੋਵੇ ਫਿਰ ਕੀ ਬੇਦਖਲੀ ਕਰਨੀ ਪਏਗੀ ਜਾਂ ਫਿਰ ਵਿਲ ਹੀ ਦੂਸਰੇ ਬੱਚੇ ਦੇ ਨਾਮ ਕਰ ਦਿੱਤੀ ਜਾਵੇ ਤਾਂ ਸਭ ਸੌਰਟ ਹੋ ਜਾਏਗਾ ਨਹੀਂ ਦੇਖੋ ਗੱਲ ਹੋਈ ਫਿਰ ਬੇਦਖਲੀ ਦੀ ਪ੍ਰੋਸੀਡਿੰਗ ਜਿਹੜੀ ਹੁੰਦੀ ਹੈ ਉਹ ਡਿਪੈਂਡ ਕਰਦਾ ਕਿਉਂਕਿ ਤੁਸੀਂ ਮੋਸਟਲੀ ਜਿਹੜਾ ਹੁੰਦਾ ਹੈ ਕਿ ਜੇ ਤੁਸੀਂ ਅਖਬਾਰ 'ਚ ਕਢਾ ਕੇ ਬੇਦਖਲ ਕਰ ਦਿਓ ਅਦਰਵਾਈਜ਼ ਵੈਸੇ ਕਰ ਦਿਓ ਮੈਂ ਉਹੀ ਗੱਲ ਕਰਦਾ ਜੇ ਸੈੱਲ ਫੋਨ ਪ੍ਰੋਪਰਟੀ ਹੈ ਫਿਰ ਤਾਂ ਕੁਛ ਵੀ ਕਰ ਸਕਦੇ ਹੋ ਫਿਰ ਕੋਈ ਦਿੱਕਤ ਨਹੀਂ ਹੈ ਜੇ ਤੁਹਾਡੀ ਵਿਰਾਸਤ ਵਾਲੀ ਪ੍ਰੋਪਰਟੀ ਹੈਗੀ ਹੈ ਉਸ 'ਚ ਤਾਂ ਤੁਸੀਂ ਬੇਦਖਲ ਵੀ ਕਰ ਦੋਗੇ ਅਗਲਾ ਕਹੇਗਾ ਮੇਰਾ ਕਲੇਮ ਤਾਂ ਬਣਦਾ ਕਿ ਇਹ ਪ੍ਰੋਪਰਟੀ ਤੁਸੀਂ ਥੋੜ੍ਹੀ ਕਮਾਈ ਹੈ ਇਹ ਤਾਂ ਮੇਰੇ ਦਾਦੇ ਪੜਦਾਦਿਆਂ ਦੀ ਪ੍ਰੋਪਰਟੀ ਹੈ ਅਤੇ ਇਸ 'ਚ ਮੇਰਾ ਕਲੇਮ ਬਣਦਾ ਬੇਦਖਲੀ ਤਾਂ ਇੱਕ ਜਸਟ ਇੱਕ ਆਪਣਾ ਕਹਿ ਸਕਦੇ ਹਾਂ ਕਿ ਇੱਕ ਉਹਨੂੰ ਡਰਾਵਾ ਕਹਿ ਦਿਓ ਮਨ ਦੀ ਤਸੱਲੀ ਕਹਿ ਦਿਓ ਕਿ ਅਸੀਂ ਇਹਨੂੰ ਬੇਦਖਲ ਕਰਤਾ ਵੀ ਸਾਡੀ ਪ੍ਰੋਪਰਟੀ ਦੇ ਹੁਣ ਇਹਦਾ ਕੋਈ ਰਾਈਟ ਨਹੀਂ ਹੈਗਾ ਹਾਂ ਸੈਲਫ ਐਂਡ ਪ੍ਰੋਪਰਟੀ ਜੇ ਤੁਸੀਂ ਕਿਸੇ ਨੂੰ ਬੇਦਖਲ ਕਰ ਵੀ ਦਿੰਦੇ ਹੋ ਜਾਂ ਨਹੀਂ ਵੀ ਕਰਦੇ ਜੇ ਤੁਸੀਂ ਉਹ ਕਿਸੇ ਨੂੰ ਵੀ ਦੇ ਦਿੰਦੇ ਹੋ ਤਾਂ ਉਸ 'ਤੇ ਓਬਜੈਕਸ਼ਨਸ ਤਾਂ ਆਉਂਦੀਆਂ ਬਟ ਐਟ ਦੀ ਐਂਡ ਕੇਸ ਜਿਹੜਾ ਹੈਗਾ ਉਹ ਤੁਹਾਡੇ ਆਪਣੀ ਫੇਵਰ 'ਚ ਜਾਂਦਾ ਹੈ ਜੀ ਬਿਲਕੁਲ ਜੀ ਸੋ ਥੈਂਕ ਯੂ ਸੋ ਮਚ ਸਰ ਤੁਸੀਂ ਟਾਈਮ ਕੱਢਿਆ ਅਤੇ ਇਹ ਬਹੁਤ ਹੀ ਜ਼ਰੂਰੀ ਜਿਹੜੀ ਇਨਫੋਰਮੇਸ਼ਨ ਸੀਗੀ ਕੋਸ਼ਿਸ਼ ਹੁੰਦੀ ਹੈ ਕਿ ਆਡੀਅੰਸ ਉੱਥੇ ਬੈਠੀ ਹੈਗੀ ਅਵੇਅਰ ਕੀਤਾ ਜਾਵੇ ਤੁਸੀਂ ਸਾਡੀ ਆਡੀਅੰਸ ਦੇ ਨਾਲ ਸ਼ੇਅਰ ਕੀਤੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ